ਮੇਰੇ ਨਾਲ ਪੜ੍ਹ ਜਾਂਦਾ ਸੀ ਬਾਹਮਣਾ ਦਾ ਮੁੰਡਾ ਰਾਮ ਕੁਮਾਰ, ਹਾਂਜੀ ਮੂਲ ਰਾਜ ਹਾਂਜੀ ਦਾ ਮੁੰਡਾ, ਹਾਂਜੀ ਕਿਹਦਾ ਮੂਲ ਰਾਮ ਦਾ? ਸਿਖਾ ਮੂਲ ਰਾਜ ਬਾਹਮਣ, ਹਾਂਜੀ ਹਾਂਜੀ ਹੈਗਾ ਸੀਗਾ ਜੀ, ਮੂਲ ਰਾਜ ਬਾਹਮਣ ਸਿਖਾ, ਹਾਂਜੀ ਉਹਦਾ ਮੁੰਡਾ ਰਾਮ ਕੁਮਾਰ ਹੈਗਾ ਹੈਗਾ ਜੀ। ਨਹੀਂ ਉਹ ਤਾਂ ਮਰ ਗਿਆ ਸਾਰੇ ਜੀ। ਬਾਹਮਣਾ ਦੇ ਘਰ ਆ ਕੇ ਨਾ ਪਾਣੀ ਭਰ ਜਾਂਦਾ ਸੀ, ਉਹਦਾ ਹਾਂਜੀ ਮਠਿਆਈ ਹਾਂਜੀ ਬੀਰੂ ਸੀਗਾ, ਬੀਰੂ ਸੀਗਾ ਝੀਰ ਹੈਗਾ ਸੀਗਾ ਜੀ। ਉਹਦਾ ਮੁੰਡਾ ਸਭ ਬਿਆਲ ਚੰਦ, ਹਾਂਜੀ ਉਹ ਵੀ ਸੀਗਾ, ਉਹ ਵੀ ਮਰ ਗਿਆ ਜੀ। ਦੂਸਰਾ ਕਿ ਜਗਜੀਤ ਚੰਦ ਮੁੰਡਾ ਚਿਬਿਆਰਾਂ ਦਾ, ਹੈਂਜੀ ਜਗਜੀਤ ਚੰਦ, ਜਗਜੀਤ ਚੰਦ ਹਾਂਜੀ ਹਾਂਜੀ ਚਿਬਿਆਰਾਂ ਦਾ ਮੁੰਡਾ, ਹਾਂਜੀ ਉਹ ਵੀ ਗੁਜ਼ਰ ਗਏ ਜੀ ਸਾਰੇ। ਉਹ ਪੂਨ ਚੰਦ ਵੀ ਮਰ ਗਿਆ, ਹਾਂਜੀ ਹਾਂਜੀ ਉਹ ਪੂਨ ਚੰਦ ਹਰੀ ਚੰਦ ਦਾ ਸੀਗਾ ਜੀ, ਉਹ ਨਾ ਹਾਂ ਹਰੀ ਰਾਮ ਦਾ ਮੁੰਡਾ, ਹਰੀ ਚੰਦ ਠੇਕੇਦਾਰ ਹੁੰਦਾ ਸੀ, ਹਾਂਜੀ ਹਰੀ ਹਾਂਜੀ ਚੰਦ ਠੇਕੇਦਾਰ ਹੁੰਦਾ ਸੀ, ਹਾਂਜੀ ਹਾਂਜੀ ਉਹ ਹਾਂਜੀ ਵੀ ਮਰ ਗਿਆ, ਉਹ ਸਭ ਮਰ ਗਏ ਜੀ। ਅੱਛਾ ਮੈਂ ਬੈਠਾ ਜੀ ਬੀਬੀ ਦੀ ਪੰਡੋਰੀ ਪਿੰਡ ਵਿੱਚ। ਇਹ ਪਿੰਡ ਹੁਸ਼ਿਆਰਪੁਰ ਦਾ ਪਿੰਡ ਹੈ, 47 ਤੋਂ ਪਹਿਲਾਂ ਮੁਸਲਮਾਨ ਜੱਟਾਂ ਦਾ ਵੱਡਾ ਪਿੰਡ ਸੀਗਾ। ਅਤੇ ਇਸ ਪਿੰਡ ਦੇ ਇਹਨਾਂ ਬਜ਼ੁਰਗਾਂ ਦੀ ਮੈਂ ਇੰਟਰਵਿਊ ਪਹਿਲਾਂ ਪਾ ਚੁੱਕਾ, ਅਤੇ ਜਿਹੜੇ ਬਜ਼ੁਰਗ ਦੂਜੇ ਪਾਸੇ ਲਹਿੰਦੇ ਪੰਜਾਬ ਤੋਂ ਸਾਡੇ ਸਾਹਮਣੇ ਆ, ਇਹਨਾਂ ਦੀ ਇੰਟਰਵਿਊ ਕੁਝ ਦੇਰ ਪਹਿਲਾਂ ਖਿਆਮ ਚੌਹਾਨ ਜੀ ਨੇ ਆਪਣੇ ਚੈਨਲ 'ਤੇ ਪਾਈ ਸੀ, ਅਤੇ ਮੈਂ ਉਹਨਾਂ ਤੋਂ ਨੰਬਰ ਲੈ ਕੇ ਇਹਨਾਂ ਦੇ ਬੇਟੇ ਜਿਹੜੇ ਆ ਪ੍ਰੋਫੈਸਰ ਸਾਹਿਬ ਉਹਨਾਂ ਨਾਲ ਰਾਬਤਾ ਕੀਤਾ, ਔਰ ਇੱਧਰ ਬਾਬਾ ਜੀ ਨੂੰ ਫਿਰ ਮਿਲਣ ਆਇਆ। ਅੱਜ ਟਾਈਮ ਬੰਨ ਕੇ ਬਿਲਕੁਲ ਸੂਈਆਂ ਰਲਾ ਕੇ ਅਸੀਂ ਇੱਕ ਦੂਜੇ ਦੇ ਰੂਬਰੂ ਹੋਏ ਹਾਂ। ਇੱਧਰਲੇ ਪਾਸੇ ਬਾਬਾ ਪੂਰਨ ਜੀ ਆ ਬੀਬੀ ਦੀ ਪੰਡੋਰੀ ਤੋਂ, ਅਤੇ ਸਾਹਮਣੇ ਉਹ ਬਜ਼ੁਰਗ ਨੇ ਜਿਹੜੇ ਇੱਥੇ ਜੰਮੇ ਪਲੇ ਅਤੇ 10-12 ਸਾਲ ਦੀ ਮੇਰਾ ਖਿਆਲ ਉਮਰ ਦੇ ਵਿੱਚ ਉਹਨਾਂ ਨੂੰ ਲਹਿੰਦੇ ਪੰਜਾਬ ਜਾਣਾ ਪੈ ਗਿਆ। ਸੋ ਜੀ ਇਹ ਦੋ ਇੱਕੋ ਪਿੰਡ ਦੇ ਜੰਮੇ ਜਾਏ, ਇੱਕੋ ਸਕੂਲ ਦੇ ਪੜ੍ਹੇ ਬਜ਼ੁਰਗ ਆਹਮਣੇ ਸਾਹਮਣੇ ਆ, ਅਤੇ ਜੀ ਕਰੋ ਜੀ ਗੱਲਾਂ ਤੁਸੀਂ। ਬਾਬਾ ਜੀ ਬੋਲੋ। ਦੁਆ ਸਲਾਮ ਮਹਾਰਾਜ, ਸਲਾਮ ਕਹਿ ਰਹੇ ਆ, ਵਾਲੇਕੁਮ ਸਲਾਮ। ਪੁੱਛੋ ਨਾ ਵੀ ਤੁਸੀਂ ਕਿੱਥੇ ਪੜ੍ਹਦੇ ਹੋ, ਤੁਸੀਂ ਕਿਹੜੇ ਕਿਹੜੇ ਸਾਲ ਚ? 47 ਸਾਲ ਦਾ ਪੁੱਛੋ ਤੁਸੀਂ, ਤੁਹਾਡਾ ਕਿਹੜਾ ਟੱਬਰ ਪੁੱਛ ਲਓ ਪਹਿਲਾਂ ਬਾਬਾ ਜੀ, ਤੁਸੀਂ ਕਿਹੜੇ ਟੱਬਰ ਚੋਂ ਆ ਜੀ? ਕਿਹੜੇ ਟੱਬਰ ਚੋਂ ਆ ਤੁਸੀਂ? ਅਸੀਂ ਮੈਂ ਜੀ ਮੇਰਾ ਘਰ ਨਾ, ਹਾਂਜੀ ਮੇਰਾ ਘਰ ਨਾ ਜਿੱਥੇ ਕ੍ਰਿਸ਼ਨ ਬਣਿਆ ਸੀ, ਹਾਂਜੀ ਨੰਦਾ ਨਾਮ ਦਾ ਕ੍ਰਿਸ਼ਨ ਮਕਾਨ ਬਣਾ ਕੇ, ਕ੍ਰਿਸ਼ਨ ਬਣਾ ਕੇ, ਕ੍ਰਿਸ਼ਨ ਬਾਬਾ ਕ੍ਰਿਸ਼ਨ, ਹਾਂਜੀ ਹਾਂਜੀ ਕ੍ਰਿਸ਼ਨ ਦੀ ਮੂਰਤੀ ਬਣਾਈ ਸੀ, ਹਾਂਜੀ ਹਾਂਜੀ ਹਾਂਜੀ। ਉਹ ਕ੍ਰਿਸ਼ਨ ਦੇ ਉਰਲੇ ਪਾਸੇ, ਉਰਲੇ ਪਾਸੇ ਨਾਲ ਹੀ ਸਾਡਾ ਮਕਾਨ ਸੀਗਾ, ਮੇਰਾ ਬਾਪ ਸਾਜਾਬਾਦ ਉਸ ਨਾਂ ਲਿਖ ਕੇ ਲਾਇਆ ਸੀ, ਤਿੰਨ ਪੌੜੀ ਚੜ੍ਹ ਕੇ ਦੱਸੇ ਅਸਲ ਪੌੜਿਆ ਜਾਂਦੇ ਹੁੰਦੇ ਸੀ, ਪਤਾ ਇਸ ਗੱਲ ਦਾ? ਦੱਸੋ ਨਾ, ਸੱਜੇ ਕੇ ਖੱਬੇ? ਉਹ ਸੱਜੇ ਸੀਗੇ ਖੱਬੇ ਤਿੰਨ ਪੌੜੇ ਉੱਤੇ ਜਾ ਕੇ ਮੇਰਾ ਮਕਾਨ ਕਿਹਦਾ ਕਰਦਾ ਸੀਗਾ, ਮੇਰੇ ਬਾਪ ਨੇ ਬਣਾਇਆ। ਅੱਛਾ ਜੀ, ਤੁਸੀਂ ਤੁਸੀਂ ਮੈਨੂੰ ਆਪਣਾ ਦੱਸੋ, ਮੈਂ ਫਿਰ ਚੱਲ ਪਿਆ। ਮੈਂ ਦੇਖੋ ਜੀ ਸਾਡੇ ਬਜ਼ੁਰਗ ਸੇ ਬਾਬਾ ਜੀ ਮੱਗਰ, ਅੱਛਾ ਮੈਂ ਬਾਪ ਸਾਨੂੰ ਸਾਡਾ ਉਹ ਸੀ ਦੱਸਦਾ, ਬਤਨਾ ਮੱਗਰ ਸੀ ਰਾਮ, ਉਹਨਾਂ ਦੇ ਬਾਬਾ ਜੀ ਸਾਡੇ ਬਜ਼ੁਰਗ ਨੂੰ ਬੱਤੋ ਸਾਧਦੇ ਸੇ, ਉਹਦਾ ਨਾਮ ਬਤਨਾ ਬਾਬਾ ਰਾਮ ਮੱਗਰ ਸੀ, ਮੱਗਰ ਦਾਸ ਸੀ। ਹਾਂਜੀ ਜੇ ਮੈਂ ਸਿਰ ਦੱਸਦਾ, ਬੱਤੋ ਸਾਧਦੇ ਸੀ ਬਾਬਾ, ਉਹਨਾਂ ਦੇ ਬਜ਼ੁਰਗ ਨੂੰ ਉਹ ਬੱਤੋ ਸਾਧਦੇ ਸੀ, ਸਾਡੇ ਬਜ਼ੁਰਗ ਨੂੰ ਬੱਤੋ ਠੀਕ ਹੈ ਪੱਤੋ ਪੱਤੋ ਉਹ ਉਹਨਾਂ ਦੀ ਸੁਣੋ ਨਾ ਵੀਰੇ, ਉਹ ਕੀ ਕਹਿੰਦੇ? ਉਹਦਾ ਤਾਂ ਮੇਰੇ ਰੇਲ ਚ ਗੱਲ ਨਹੀਂ ਆਈ, ਮੇਰੇ ਨਾਲ ਪੜ੍ਹ ਜਾਂਦਾ ਸਰ ਬਾਹਮਣਾ ਦਾ ਮੁੰਡਾ ਰਾਮ ਕੁਮਾਰ, ਹਾਂਜੀ ਮੂਲ ਹਾਂਜੀ ਰਾਜ ਦਾ ਮੁੰਡਾ, ਹਾਂਜੀ ਕਿਹਦਾ? ਮੂਲ ਰਾਮ ਦਾ, ਸਿਖਾ ਮੂਲ ਰਾਜ ਬਾਹਮਣ, ਹਾਂਜੀ ਹਾਂਜੀ ਹੈਗਾ ਸੀਗਾ ਜੀ, ਮੂਲ ਰਾਜ ਬਾਹਮਣ ਸਿਖਾ, ਹਾਂਜੀ ਉਹਦਾ ਮੁੰਡਾ ਰਾਮ ਕੁਮਾਰ ਹੈਗਾ, ਹੈਗਾ ਜੀ। ਨਹੀਂ ਉਹ ਤਾਂ ਮਰ ਗਿਆ ਸਾਰੇ ਜੀ, ਰਾਮ ਕੁਮਾਰ ਵੀ ਗਿਆ, ਗਿਆਨ ਚੰਦ ਵੀ ਰਾਮ ਮਰ ਗਿਆ ਕੁਮਾਰ ਬੇਟਾ ਪੜ੍ਹਦਾ ਪਿਆ, ਹਾਂਜੀ ਹਾਂਜੀ ਉਹ ਫਿਰ ਸਾਤੋਂ ਉਹ ਤਾਂ ਅੱਗੇ ਸੀਗੇ ਜੀ।
ਕਿ ਮਰ ਗਿਆ ਉਹ? ਉਹ ਮਰ ਗਿਆ ਜੀ, ਸਾਰਾ ਅੱਛਾ, ਇੱਕ ਟੱਬਰ ਹੀ ਸੀਗਾ ਮਰ ਗਿਆ ਜੀ। ਪੀਰੂ ਹਾਂਜੀ ਮਾਛੀ, ਇੱਕ ਸੀਗਾ, ਉਹ ਸੁਣ ਜੀ, ਇੱਕ ਸੀਗਾ ਪੀਰੂ ਮਾਛੀ, ਹਾਂਜੀ ਉਹ ਬਾਹਮਣਾ ਦੇ ਘਰ ਆ ਕੇ ਨਾ ਪਾਣੀ ਭਰਦਾ ਹੁੰਦਾ ਸੀਗਾ, ਮਠਿਆਈ ਹਾਂਜੀ ਜਿਹੜੀ ਹਾਂਜੀ, ਕੁਹਾੜ ਬੀਰੂ ਦੀ ਸੀਗਾ, ਹੁੰਦੀ, ਬੀਰੂ ਸੀਗਾ ਝੀਰ ਹੈਗਾ ਸੀਗਾ ਜੀ। ਉਹਦਾ ਮੁੰਡਾ ਸਾ ਗਿਆਨ ਚੰਦ, ਹਾਂਜੀ ਉਹ ਵੀ ਸੀਗਾ, ਉਹ ਵੀ ਮਰ ਗਿਆ ਜੀ, ਅਮਨ ਉਹਦਾ ਚੰਦ, ਮੁੰਡਾ ਸਾ ਗਿਆਨ ਚੰਦ ਦੇ, ਉਹ ਉਹ ਮਰ ਸਾਰਾ ਗਿਆ। ਪਰਿਵਾਰ ਹੀ ਖਤਮ ਹੋ ਗਿਆ ਜੀ। ਦੱਸਣਾ ਕਿ ਉਹ ਮੈਂ ਉਹਨਾਂ ਦੀ ਕਲਾਸ ਦਾ ਸੀ। ਮੈਂ ਕਿਹਾ ਗਿਆਨ ਚੰਦ ਮੈਂ ਤਾਂ ਪੜ੍ਹਦਾ, ਬਲਦੇਵ ਚੰਦ ਤਾਂ, ਗਿਆਨ ਚੰਦ ਦੋ ਭਰਾ ਸੀ, ਹਾਂਜੀ ਬਲਦੇਵ ਹਾਂਜੀ ਚੰਦ ਵੱਡਾ ਸੀ ਤਾਂ ਗਿਆਨ ਚੰਦ ਸੀਗਾ ਛੋਟਾ, ਉਹ ਹਾਂਜੀ ਮੇਰੇ ਨਾਲ ਹਾਂਜੀ ਪੜ੍ਹਦਾ ਹੁੰਦਾ ਸੀ। ਹਾਂਜੀ 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 ਇਹਨਾਂ ਤੋਂ ਕਿੰਨਾ ਪਿੱਛੇ ਸੀ? ਗਿਆਨ ਚੰਦ ਹੈਗਾ ਕਿ ਮਰ ਗਿਆ? ਉਹ ਮਰ ਗਿਆ ਜੀ। ਗਿਆਨ ਚੰਦ ਉਹ ਤੁਹਾਡੇ ਨੇੜੇ ਤੇੜੇ ਪੜ੍ਹਦਾ ਸੀ? ਅੱਛਾ ਨਹੀਂ ਉਹ ਤਾਂ ਸਾਡੇ ਤੋਂ ਬਹੁਤ ਪਹਿਲੇ, ਮੇਰੇ ਸਾਡੀ ਉਮਰ ਤੋਂ ਕਾਫੀ ਵੱਡੇ ਮੇਰੇ ਗਏ। ਅੱਛਾ। ਉਹ ਦੂਸਰਾ ਕਿ ਦਲੀਪ ਚੰਦ ਮੁੰਡਾ ਚਿਬਿਆਰਾਂ ਦਾ, ਹਾਂਜੀ ਦਲੀਪ ਚੰਦ, ਦਲੀਪ ਹਾਂਜੀ ਚੰਦ ਹਾਂਜੀ ਚਿਬਿਆਰਾਂ ਦਾ ਦਿੱਲੀ ਮੁੰਡਾ ਜਾਨੋ, ਹਾਂਜੀ ਉਹ ਵੀ ਗੁਜ਼ਰ ਗਏ ਸਾਰੇ। ਮਰ ਗਿਆ ਉਹ ਵੀ? ਹਾਂਜੀ ਹਾਂਜੀ ਨੇੜੇ ਅੱਛਾ। ਇੱਕ ਸੀਗਾ ਪੂਰਨ ਚੰਦ, ਹਾਂਜੀ ਹਾਂਜੀ ਬਾਪ ਦਾ ਨਾਮ ਬਤਨਾਮ, ਉਹਨੂੰ ਇੱਥੇ ਬੱਤੋ ਸਾਧਦੇ ਸੀ ਤੁਹਾਡੇ। ਪੂਰਨ ਚੰਦ ਸੀਗਾ, ਹਰੀ ਰਾਮ ਹਾਂਜੀ ਭੱਟੀ ਵਾਲਾ ਠੇਕੇਦਾਰ ਜਿਹੜਾ, ਹੈਨੀ ਉਹ ਪੂਰਨ ਚੰਦ ਵੀ ਮਰ ਗਿਆ। ਹਾਂਜੀ ਹਾਂਜੀ ਪੂਰਨ ਉਹ ਚੰਦ, ਹਰੀਚੰਦ ਦਾ ਸੀਗਾ ਜੀ ਉਹ ਨਾਮ, ਹਾਂ ਹਰੀ ਰਾਮ ਦਾ ਮੁੰਡਾ। ਹਰੀ ਚੰਦ ਠੇਕੇਦਾਰ ਹੁੰਦਾ ਸੀ, ਹਾਂਜੀ ਹਰੀ ਹਾਂਜੀ ਚੰਦ ਠੇਕੇਦਾਰ ਹੁੰਦਾ ਸੀ, ਹਾਂਜੀ ਹਾਂਜੀ ਉਹ ਵੀ ਹਾਂਜੀ ਮਰ ਗਿਆ। ਉਹ ਸਭ ਮਰ ਗਏ ਜੀ। ਅੱਛਾ ਅੱਛਾ ਉਹ ਸਾਡਾ ਘਰ ਨਾ, ਅਸੀਂ ਸੀ ਜੱਟਾਂ ਦੀ ਆਬਾਦੀ ਪਿੰਡ ਦੇ ਚਾਰ ਫੇਰੇ ਬਾਹਰ ਦੇ ਪਾਸੇ, ਕਿਹਦੇ ਦੇ ਤੁਸੀਂ ਪਾਸੇ? ਮੇਰੀ ਗੱਲ ਚੜ੍ਹਦੇ ਪਾਸੇ ਸੁਣੋ, ਕਿ ਚੜ੍ਹਦੇ ਪਾਸੇ ਕਿ ਲਹਿੰਦੇ ਪਾਸੇ ਜੀ? ਅਸੀਂ ਚੜ੍ਹਦੇ ਪਾਸੇ ਸੀਗੇ, ਚੜ੍ਹਦੇ ਪਾਸੇ। ਅੱਛਾ ਤੁਸੀਂ ਕਿਹੜੇ ਮੈਂ ਪਰਿਵਾਰ ਸਾਰੀ ਤੋਂ? ਸਾਰੀ ਗੱਲ ਦੱਸਦਾ ਨਾ, ਹੈਂਜੀ ਮੈਂ ਸਾਰੀ ਸਾਰੀ ਗੱਲ ਸਮਝਾਉਂਦਾ ਨਾ, ਅੱਛਾ ਜੱਟਾਂ ਦੀ ਆਬਾਦੀ ਪਿੰਡ ਦੇ ਚਾਰ ਫੇਰੇ ਬਾਹਰ ਦੇ ਪਾਸੇ ਹਾਂਜੀ ਸੀ ਹਾਂਜੀ ਉਹ ਸਾਡਾ, ਤਾਂ ਮੈਨੂੰ ਪਤਾ, ਚਾਰ ਚਪੇਰੇ ਸੀ, ਬਾਹਮਣ ਬਚਾਏ ਸੀਗੇ। ਬਾਹਮਣਾਂ ਦੇ ਘਰ ਪਿੰਡ ਦੇ ਬਚਾਏ ਸੀਗੇ, ਪੰਜ ਚਾਰ ਆਪਣੇ ਪਿੰਡ ਦੇ ਵਿੱਚ ਸੀਗੇ ਘਰ, ਹਾਂਜੀ ਹਾਂਜੀ ਉਹ ਚਾਰ ਪੰਜ ਘਰੇ ਹੁੰਦੇ ਸੀ। ਹਾਂਜੀ ਬਾਹਮਣ ਬੜੇ ਅਮੀਰ ਆਦਮੀ ਸੀ, ਲਕਸ਼ਮੀ ਹਾਂਜੀ ਦਾਸ ਤਾਂ ਹਾਂਜੀ ਬਹੁਤ ਹੀ ਅਮੀਰ ਆਦਮੀ ਸੀ, ਹਾਂਜੀ ਹਾਂਜੀ ਤੇ ਫਿਰ ਸਾਨੂੰ ਨਾ ਮਲਾਵਾ ਰਾਮ ਮਾਸਟਰ ਪੜ੍ਹਾਉਂਦਾ ਹੁੰਦਾ ਸੀ, ਹਾਂਜੀ ਮਲਾਵਾ ਰਾਮ। ਹਾਂਜੀ 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 ਅਸੀਂ ਵੀ ਉਹ ਤੋਂ ਪਹਿਲੀ 'ਚ ਪੜ੍ਹੇ ਹਾਂ, ਪਹਿਲੀ ਦੂਸਰੀ 'ਚ। ਅੱਛਾ, ਉਹ ਮਲਾਵਾ ਰਾਮ ਦੇ ਮੁੰਡੇ ਸੀਗੇ ਉਦੋਂ ਪ੍ਰਕਾਸ਼ ਸਰੰਦਰ ਹਾਂਜੀ ਹਾਂਜੀ ਸਰੰਜਣ ਦਾਸ, ਹਾਂਜੀ ਉਹਨੇ ਹਾਂਜੀ ਚੱਕੀ ਉਹ ਲਾ ਲਈ ਸੀ, ਉਹਨੇ ਹਾਂਜੀ ਹਾਂਜੀ ਚੱਕੀ ਚਲਾਉਂਦੇ ਚੱਕੀ ਲਾ ਲਈ ਹੁੰਦੇ। ਸੀ। ਹਾਂਜੀ ਹਾਂਜੀ ਅੱਛਾ, ਉਹ ਅਸਰ ਦਾ ਸੀਗੇ ਮਾਲਪੁਰ ਬਾੜੀਆਂ ਦੇ, ਹਾਂਜੀ ਉਹਨਾਂ ਦਾ ਪਿਛਲਾ ਪਾਸਾ ਦਾ ਮਾਲਪੁਰ ਬਾੜੀਆਂ, ਹਾਂਜੀ 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 ਮਾਲਪੁਰ ਬਾੜੀ ਤੋਂ ਪੱਟੀ ਆ ਗਏ ਉਹ, ਹਾਂਜੀ ਹਾਂਜੀ ਪੱਟੀ ਤੋਂ ਫਿਰ ਸਵਾਲਾ ਕੇ ਸਾਡੇ ਪਿੰਡ ਆ ਗਏ ਉਹ। ਹਾਂਜੀ ਉਹ ਫਿਰ ਸਾਡੇ ਪਿੰਡ ਰਹਿ ਕੇ ਫਿਰ ਪਿੱਛੇ ਨੂੰ ਚਲੇ ਗਏ ਸੀ, ਉਹ ਜਦੋਂ ਬਾਪ ਉਹ ਚਲੇ ਗਏ ਸੀ ਬਾਹਰ ਪਿੱਛੇ ਨੂੰ, ਆਪਣੇ ਪਿੰਡ ਪੱਟੀ ਚਲੇ ਗਏ ਸੀਗੇ ਜੀ। ਉਹ ਫਿਰ ਚੱਕੀ ਉਹਨੂੰ ਲਾ ਲਏ ਸੀ, ਅਸੀਂ ਤਾਂ ਮੈਂ ਤਾਂ ਕਹਿ ਪੇ ਪੜ੍ਹਨ ਹਟ ਗਿਆ, ਅੱਛਾ ਜੀ ਮੈਂ ਤਾਂ 10-11 ਸਾਲ ਦੀ ਉਮਰ ਚ, ਅੱਛਾ ਮੈਂ ਤਾਂ ਆਪਣੇ ਬਾਪ ਨਾਲ ਜ਼ਿਮੀਦਾਰਾਂ ਕਰਾਉਣ ਲੱਗ ਪਿਆ, ਅੱਛਾ ਅੱਛਾ ਜੀ ਮੈਂ 17ਵੇਂ ਸਾਲ ਦਾ ਜਦੋਂ ਅਸੀਂ ਆਏ ਨੂੰ ਆਏ ਹਾਂ। ਅੱਛਾ ਅੱਛਾ ਜੀ ਮੈਨੂੰ ਮੌਸਮ ਸਾਡੇ ਵੈਸੇ ਘਰ ਦਾ ਪਤਾ ਲੱਗਾ, ਹੈ ਜੀ ਨਹੀਂ ਕ੍ਰਿਸ਼ਨ ਦੇ ਮੈਨੂੰ ਉਰਲੇ ਘਰ ਪਾਸੇ ਦਾ ਨਹੀਂ ਨਾਲ ਪਤਾ ਹੀ, ਲੱਗਾ ਜੀ, ਘਰ ਦਾ ਨਹੀਂ ਪਤਾ ਲੱਗਾ। ਕ੍ਰਿਸ਼ਨ ਵਾਲੀ ਜਿਹੜੀ ਪਰ ਰਹਿ ਦੇਖੋ ਹੁਣ ਅਸੀਂ 35 ਕੇ ਜਾਂਦੀ, ਜਮਾਂ, ਸਾਡੀ ਉਮਰ ਉਸ ਵੇਲੇ ਬਹੁਤ ਛੋਟੀ, 5-7 ਸਾਲ ਦੇ ਸੀ। 35 ਦਾ ਮੇਰਾ ਜਨਮ ਦਿਨ ਵਾ। ਤੁਸੀਂ 12 ਸਾਲ ਦੇ ਸੀਗੇ। ਨਹੀਂ ਨਹੀਂ ਮੈਂ ਆਪਣੀ ਉਮਰ ਘਰ ਦੱਸੋ, ਸੀਗਾ ਤੁਹਾਡੀ ਕਿਹੜੀ? ਉਹ ਉਮਰ ਕਹਿ ਰਿਹਾ ਮੇਰੀ 5-6 ਸਾਲ ਸੀ। ਕਿਉਂ ਫਿਰ ਛੋਟਾ ਸਾ? ਇਹ ਮੈਂ 17ਵੇਂ ਸਾਲ ਸੀਗਾ, ਅੱਛਾ ਫਿਰ ਮੈਂ 9-10 ਸਾਲ ਦਾ ਸੀਗਾ ਜੀ। ਤੂੰ ਮੁੰਡਾ ਕਹਿੰਦਾ ਮੈਨੂੰ ਪਹਿਲਾਂ ਹੁਣ ਸਮਝਾ ਚੰਗੀ ਤਰ੍ਹਾਂ, ਹੈ ਜੀ ਬਾਲ ਦਾ ਨਾ ਪੁੱਛੋ ਨਾ, ਜੋ ਆਪਣੇ ਬਾਬੇ ਦਾ ਬਾਪ ਦਾ ਨਾਂ ਆਪਣੇ ਦੱਸ ਮੈਂ ਦਿਓ। ਤੁਹਾਨੂੰ ਦੱਸਿਆ ਮੱਘਰ ਸੀ ਉਹਦਾ ਨਾਂ ਜੀ,
ਬਾਬੇ ਦਾ ਨਾਂ, ਬਾਪੂ ਦਾ ਨਾਂ ਸੀ ਬਤਨਾ ਰਾਮ, ਬੱਤੋ ਸਾਧੇ ਸੇ, ਸਾਰੇ ਆਪਣੇ ਮੁਸਲਮਾਨ ਭਰਾ ਬੱਤੋ ਸਾਧੇ ਸੇ ਉਹਨੂੰ। ਬੱਤੋ ਮਗਰ ਰਾਮ ਦਾਦਾ ਸੀ, ਬੱਤੋ ਵਾਲ ਦਾ ਨਾਮ ਸਿੱਧਾ ਨਾਂ ਬੱਤੋ ਸਾਧੇ ਸੇ, ਬਾਪ ਦਾ ਨਾਂ। ਤੁਹਾਡਾ ਅਸੀਂ ਤੁਹਾਨੂੰ ਦਾ ਮੀਨਾਕਸ਼ੀ ਘਰ ਕਿਸੇ ਨਾ, ਕੌਣ ਸੀ, ਕੌਣ ਦੇ ਸੀ, ਹੈਂਜੀ ਹੈਂ ਤੁਸੀਂ ਮੈਂ ਕਿਹਾ ਕੌਣ ਖੁਦਾ ਸੀ, ਬਾਬਾ ਬਖਸ਼, ਅਲੀ ਬਖਸ਼, ਮੁਹੰਮਦ ਹੁਸੈਨ, ਜਫਰ, ਇਹ ਅਬਦੁਲ ਹਕ ਬਾਊ, ਸਾਡਾ ਉਹਨਾਂ ਨਾਲ ਜ਼ਿਆਦਾ ਸੀ। ਉਹਨਾਂ ਦੀ ਜਿਹੜੇ ਘਰੋਂ ਸੀ ਉਹ ਸਾਡੀ ਗੋਤਨ ਸੀ, ਮਰਾਦੋ ਮਰਾਦੋ, ਉਹਨੂੰ ਅਸੀਂ ਭੂਆ ਸਾਡੇ, ਉਹਦੇ ਜਾਂਦੇ ਹੋਏ ਨਿਆਣੇ ਨਿਆਣੇ ਹੋਏ, ਬਾਕੀ ਅਸੀਂ ਨਿਆਣੇ ਸੀ। ਮੁਰਾਦੋ ਉਹ ਰੋ ਸੇ ਰੋ, ਮੁਰਾਦੋ ਮੁਰਾਦੋ ਕੋਈ ਬੜੀ ਉਹਦੀ ਘਰ ਵਾਲੀ ਜੱਟ ਸੇ, ਹੋਰ ਮੁਰਾਦੋ ਹੈਨੀ ਉਹ ਸਾਹਿਬ ਸੁਣਾ ਕਰੋ ਜੀ ਸੀ ਵੀ ਸੀ ਹੈਨੀ, ਮੁਰਾਦੋ ਜਿਹੜੀ ਸੀ ਹਾਂਜੀ ਹਾਂਜੀ ਮੁਰਾਦੋ ਦੀ ਗੱਲ ਕਰਦਾ ਹਾਂਜੀ ਹਾਂਜੀ ਉਹ ਸਾਹਿਬ ਸੁਣਾ ਕਰੋ ਜੀ ਸੀ ਵੀ ਸੀਗੀ ਹਾਂਜੀ ਹਾਂਜੀ ਉਹ ਅਬਦੁੱਲਾ ਕਿਸ ਉਹਨਾਂ ਦੇ ਘਰੋਂ ਸੀ, ਆਹੋ ਉਹਦੀਆਂ ਦੋ ਧੀਵੀਆਂ ਸੀਆਂ। ਹਾਂ ਜੋਸ਼ ਨੇ ਮੈਨੂੰ ਪਤਾ ਉਹਦੇ ਮੁੰਡੇ ਸੀਗੇ ਅਬਦੁਲ ਕਰੀਮ ਅਬਦੁਲ ਹਲੀਮ ਹਾਂਜੀ ਹਾਂਜੀ ਤਾਂ ਉਹ ਅਸੀਂ ਉਦੋਂ ਅਬਦੁਲ ਛੋਟੇ, ਕਰੀਮ ਤੇ ਮੈਂ ਅਬਦੁਲ ਉਦੋਂ ਹਲੀਮ ਤੇ ਬਿਮਾਰ, ਮੈਂ ਤੁਹਾਨੂੰ ਅਬਦੁਲ ਦੱਸਦਾ ਨਾ, ਰਹੀਮ ਮੈਂ ਸੀ ਕੋਈ ਬਿਮਾਰ ਛੇ ਦਾ, ਉਹ ਮੁੰਡੇ ਸੀ ਸਾਡੇ ਅਬਦੁਲ ਭਾਜੀ ਨੇ ਅਕਰਾਮ ਪਾ, ਦੇ ਹਾਂਜੀ 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 ਉਹਨੂੰ ਜਾਣਦਾ ਜੀ ਇੱਕ ਅਬਦੁਲ ਉਹਦੇ, ਅਕਰਾਮ ਦੇ ਤਿੰਨ ਮੁੰਡੇ ਸੀਗੇ ਹਾਂਜੀ ਹਾਂਜੀ ਅੱਛਾ ਤੁਸੀਂ ਉਹਨਾਂ ਦੇ ਵਿੱਚੋਂ ਆ ਨਹੀਂ ਹਾਂਜੀ ਹਾਂਜੀ ਉਹਨਾਂ ਵਿੱਚੋਂ ਆ ਜੀ। ਤੇ ਇਹ ਇੱਥੇ ਦੇ ਜੱਦੀ ਆਧਾਰਮੀ ਫੈਮਿਲੀ ਚੋਂ ਆ ਜੀ, ਅਸੀਂ ਜੱਦੀ ਆਧਾਰਮੀ ਫੈਮਿਲੀ ਚੋਂ ਆ ਜੀ, ਰੌਲਾ ਚੋਂ ਨਹੀਂ ਗਏ, ਰੌਲਾ ਚੋਂ ਨਹੀਂ ਜੀ ਅਸੀਂ ਉਹਨਾਂ ਚੋਂ। ਉਦਾਂ ਸਾਡੀ ਜਿਹੜੀ ਉਹ ਭੂਆ ਸੀ ਉਹ ਸਾਡੀ ਮੈਂ ਗੋਤਨ ਸੀ। ਤਾਂ ਇੱਕ ਵਾਰੀ ਨਾ ਮੈਨੂੰ ਨਾ ਆਪਣੇ ਬਾਪ ਦੱਸ ਦੇ ਤਾਂ ਫਿਰ ਦੱਸ ਅੱਛਾ ਜੀ, ਮਗਰ ਉਹਦਾ ਨਾਂ ਸੀ ਮਗਰ ਬੱਤੋ ਰਾਮ, ਬਾਪ ਦਾ ਮਗਰ ਨਾਂ, ਜਿਹੜਾ ਬਾਪੂ ਸੀ ਸਾਡਾ ਬਜ਼ੁਰਗ, ਬਾਲ ਬੜੇ, ਉਹਨਾਂ ਮੱਘਰ ਸੀ, ਵੱਡੇ ਭਰਾ ਦਾ ਨਾਂ ਵੀ ਦੱਸ ਦਿਓ ਰਾਮ ਕਿਸ਼ਨ ਸੀ ਉਹਦਾ ਨਾਂ, ਵੱਡੇ ਭਰਾ ਦਾ ਨਾਮ ਰਾਮ ਕ੍ਰਿਸ਼ਨ ਕਿਸ਼ਨਾ ਸਾਦੇ ਸੀ ਰਾਮ ਉਹਨੂੰ ਕ੍ਰਿਸ਼ਨ ਕਿਸ਼ਨਾ। ਕ੍ਰਿਸ਼ਨਾ ਸਾਦਾ ਸੀ ਵੱਡੇ ਭਰਾ ਨੂੰ ਕ੍ਰਿਸ਼ਨਾ ਕ੍ਰਿਸ਼ਨਾ ਦਾ ਅੱਛਾ ਭਰਾ ਆ ਬਰਾਦੀ ਕਿਹੜੀ ਸੀ ਤੁਹਾਡੀ ਬਿਹਾਰ ਸੇ ਵੀ ਆਧਾਰਮੀ, ਆਹੋ ਆਧਾਰਮੀ, ਆਧਾਰਮੀ ਹਾਂ ਸਾਰੇ ਉਹਨਾਂ ਦੋ ਅਸਲ ਦੇ ਵਿੱਚ ਨਾ ਦੋ ਚਮਾਰੀਆਂ ਸੀ ਤੁਹਾਡੀਆਂ ਹੈਂਜੀ, ਦੋ ਸੀਆਂ ਹਾਂਜੀ ਦੋ ਕਹਿੰਦੇ ਦੋ ਸੀਆਂ ਇੱਕ ਆਧਾਰਮੀ ਤਾਂ ਦੇ ਨਾ ਦੋ ਦੋ ਥਾਂ ਜਗ੍ਹਾ ਮਨਸਾ ਸੀ, ਹੁੰਦਾ ਹਾਂਜੀ ਸੀਗਾ ਹਾਂਜੀ ਹਾਂਜੀ ਦੋ ਬਾਲਕ ਜਗ੍ਹਾ ਸੀ, ਹਾਂਜੀ ਹਾਂਜੀ ਉਹ ਇੱਕ ਇੱਕ ਬਾਬੂ ਸਾਹਿਬ ਹੁੰਦੇ ਸੀ, ਨਾਮ ਸੀਗਾ ਜੀ ਇੱਕ ਉਹਨਾਂ ਦਾ ਮੇਰੇ ਬ੍ਰਾਹਮਣਾਂ ਦਾ ਦੇ ਤੁਹਾਡੇ ਘਰਾਂ ਦੇ ਨਾਲ ਹੁੰਦੇ ਸੀ, ਇੱਧਰ ਲਹਿੰਦੇ ਪਾਸੇ। ਉਹ ਫਿਰ ਮੁੜ ਕੇ ਨਾ ਬਾਬੂ ਆ ਵੀ ਗਿਆ ਸਾ ਘੁੰਮਦਾ ਫਿਰਦਾ ਦੋ ਸਾਲਾਂ ਪਿੱਛੋਂ ਮਨਸਾ ਸਾਹਿਬ ਸਿਰ ਤੇ ਪਾਰ ਬਾਬਾ ਲੋਕਾਂ ਰੱਖ ਦੇਣਾ ਤੇ ਤੁਰੇ ਫਿਰ ਨਾਲ ਅੱਛਾ ਉਹ ਫਿਰ ਅਸਲ ਜਿਸ ਵੇਲੇ ਨਾ ਪੰਨ ਰੋਕੇ ਰੋਕੇ ਹੋ ਗਏ, ਉਹਦੀ ਵੀ ਸੁਣਨੀ ਸਿਰਫ ਆਪਣੀ ਜਿਹੜੀ ਸੁਣਨੀ। ਉਹਨਾਂ ਨੇ ਕੋਈ ਬਾਬੂ ਦੀ ਗੱਲ ਸੁਣਾਈ ਆ, ਕੋਈ ਬਾਬੂ ਚਲਾ ਗਿਆ ਸੀ ਘਰੋਂ? ਉਹ ਤੁਹਾਡੀ ਫਿਰ ਮੈਂ ਨਾ ਤੁਸੀਂ ਛੋਟੇ ਸੀਗੇ ਤੁਹਾਡੀ ਹਾਂਜੀ ਬਹੁਤ ਫਰਕ ਬਾਬੂ ਪੈਂਦਾ ਕਿਹੜਾ ਜੀ ਸਾਨੂੰ, ਫਰਕ ਘਰੋਂ ਜ਼ਿਆਦਾ ਸੀਗਾ ਮੈਂ ਫਿਰ ਲੱਗ ਪਿਆ ਜ਼ਿਮੀਦਾਰਾਂ ਕਰਨ ਤੇ ਫਿਰ ਸਾਡਾ ਬਾਹਰ ਦਾ ਇਸ ਪਾਸੇ ਕੱਟ ਗਿਆ ਫਿਰ ਅਸੀਂ ਸਾਨੂੰ ਬਹੁਤ ਜ਼ਿਆਦਾ ਸ਼ੌਕ ਮੱਝਾਂ ਦਾ ਅੱਛਾ, ਸ਼ੌਕ ਇੰਨੀ ਤਾਂ ਮੈਨੂੰ ਆਪਣੇ ਯਾਦ ਆ ਪਾਸੇ ਪੈਣੀ ਸੀ ਰਹਿਣਾ ਸੀ ਆਪਣੇ ਕੰਮ ਕਾਰ ਕਰਨੇ ਤੁਸੀਂ ਨਾ ਤਾਂ ਹੋਰ ਜਦੋਂ ਤੁਸੀਂ ਪੜ੍ਹਦੇ ਹੁੰਦੇ ਸੀਗੇ ਉਦੋਂ ਕੱਲੀ ਕੱਲੀ ਗਲੀ ਦੇ ਸਬਕ ਹੁੰਦੇ ਸੀਗੇ ਕੱਲੀ ਕੱਲੀ ਗਲੀ ਦੇ ਰਾਹ ਚੋਂ ਘੁੰਮਣਾ ਕੰਮ ਸਾਰੇ ਨਹੀਂ ਕੋਈ ਨਹੀਂ, ਤੁਹਾਨੂੰ ਗਲੀਆਂ ਵੀ ਦਿਖਾ ਦੇ ਜਿਹੜੀ ਅੱਜ, ਸਾਡੀ ਪਾਜੀ ਚਵਾਰ ਨਹੀਂ ਸੀਗੀ ਨਾ ਹਾਂਜੀ ਉਹਦੇ ਹਾਂਜੀ ਵਿੱਚ ਨਾ ਕੱਪੜਾ ਕੁਪੜਾ ਲੋਕੀ ਬਣਾਉਂਦੇ ਹੁੰਦੇ ਸੀ ਹਾਂਜੀ ਹਾਂਜੀ ਕੱਪੜਾ ਹਾਂਜੀ ਬਣਾਉਂਦੇ ਹੁੰਦੇ ਸੀ ਹਾਂਜੀ ਕੋਈ ਹਾਂਜੀ ਬੰਦਾ ਬਾਕਮ ਵੀ ਸੀਗਾ ਸਿੱਖੂ ਆ, ਅੱਜ ਜਿਹੜੇ ਪਾਸੇ ਦਲਜੀਤ ਚੰਦ ਸੀਗਾ ਨਾ ਸਾਡਾ ਹਾਂਜੀ ਹਾਂਜੀ ਪੜ੍ਹਦਾ ਹੁੰਦਾ ਹਾਂਜੀ ਉੱਥੇ ਹਾਂਜੀ ਸੀਗਾ ਨਾਲਿਆ ਤੂੰ ਨਾ ਲਓ ਤੁਸੀਂ ਹਾਂਜੀ। ਇਹ ਬਾਬਾ ਜੀ ਇੱਕ ਮਿੰਟ, ਇਹ ਬਾਬਾ ਜੀ ਦੱਸਦੇ ਆ ਕਿ ਇਹਨਾਂ ਦੇ ਨਾਲ ਪੜ੍ਹਦੇ ਸੀ ਰਹਿਮਤ ਅਲੀ, ਹੋਰ ਜੀ ਮਕਬੂਲ, ਮਕਬੂਲ,
ਜਫਰ ਜਫਰ ਕੱਪੜੇ ਸਾਡੇ ਘਰਾਂ ਦੇ ਨਾਲ ਆਏ ਹੁੰਦਾ ਸੀ ਉਹ। ਜਿੱਥੇ ਤੁਸੀਂ ਕਹਿੰਦੇ ਨਾ ਕੱਪੜੇ ਬੁਣਦੇ ਹੁੰਦੇ ਸੀਗੇ, ਉਧਰ ਇਹਨਾਂ ਦੇ ਘਰ ਆ, ਉੱਥੇ ਘਰ ਆ ਇਹਨਾਂ ਦੇ। ਸਿਆਣੇ ਬੰਦੇ ਨੂੰ ਨਾ ਵਾਕਫੀ ਚ ਕੋਈ ਨਹੀਂ ਸੀ। ਆ ਜਿਹੜਾ ਸਾਡਾ ਬਾਹੂ ਦਾ ਬੰਸਾ, ਇਹ ਸਾਡੇ ਹਾਂਜੀ ਘਰ ਦੇ ਲਾਗੇ ਹੁੰਦੇ ਸੀਗੇ, ਇਹ ਸਾਡੇ ਲੋਕ ਕੰਮਾਂ ਕਾਰਾਂ ਨੂੰ ਇਹਨਾਂ ਨੂੰ ਜਾਂਦੇ ਹੁੰਦੇ ਸੀ। ਆ ਗਰੀਬ ਚੱਲ ਰਹੀ ਸੀ ਗੱਡੀ, ਅੱਛਾ ਜੀ। ਕੋਈ ਬੰਦਾ ਨਾ ਕੋਈ ਬੰਦਾ ਹੋਰ ਕੁਛ ਸਿਆਣਾ ਮੈਨੂੰ ਦੱਸ ਪੈਂਦੇ, ਵਿੱਚੋਂ ਕੋਈ ਤੇਰੇ ਕੋਲ ਬੜਾ ਹੋਵੇ 5-4 ਸਾਲ, ਕੋਈ ਹੈ ਕੋਈ ਮੁੰਡੇ ਨਾਲੋਂ ਉਹਦਾ? ਵੱਡਾ ਹੈ ਜੀ ਕੋਈ? ਉਹ ਵੀ ਬਸ ਮਾਰਿਆ ਨਾਲ ਦੇ ਹੀ ਆ, ਉਹਨਾਂ ਨੂੰ ਵੀ ਕੋਈ ਪਤਾ ਨਹੀਂ ਜੀ। ਉਹ ਇੱਕ ਸਿਰਫ ਕੋਈ ਮੇਰੇ 16-17 ਸਾਲ ਤੱਕ ਹੋਵੇ, ਹੈ ਜੀ, ਨਹੀਂ ਉਹ ਬਿਲਕੁਲ ਨਹੀਂ ਹੈ ਜੀ। ਇਹ ਬਾਬਾ ਜੀ ਆਪਣੇ ਦੋਸਤਾਂ ਦੇ ਨਾਂ ਦੱਸ ਦਿਓ, ਦੱਸਿਓ ਬਾਬਾ ਜੀ। ਹਾਂਜੀ, ਉਹ ਨਾ ਮਕਬੂਲ ਸੀਗਾ, ਇੱਕ ਨਾ ਮੇਰਾ ਜਿਹੜਾ ਮੇਰੇ ਨਾਲ ਪੜ੍ਹਦਾ ਸੀ ਮਕਬੂਲ ਮਕਬੂਲ, ਉਹ ਇੱਕ ਨਾ ਪੜ੍ਹਦੇ ਰਹੇ ਰਹਿਮਤ, ਚਾਰੇ ਮੇਰੇ ਨਾਲ, ਰਹਿਮਤ ਲਈ ਸੀ। ਇਹ 4 ਮਹੀਨੇ ਪੜ੍ਹਦੇ ਰਹੇ ਆ। ਨਹੀਂ, ਉਹ ਆਪਣੇ ਨਾਲ ਦੇ ਦੱਸਦੇ, ਹੈਂ, ਆਪਣੇ ਨਾਲ ਦੇ ਦੱਸਦੇ। ਮਕਬੂਲ ਤਾਂ ਰਹਿਮਤ ਅਲੀ, ਉਹ ਫਿਰ ਅਸੀਂ ਤਾਂ ਫਿਰ ਹਟ ਗਏ ਸੀ, ਜਿਹੜੇ ਨਹੀਂ ਸਾਡੇ ਨਹੀਂ ਨਾਲ ਪੁੱਛ ਪੜ੍ਹਦੇ ਲਿਆ, ਸੀਗੇ, ਮਕਬੂਲ ਤੇ ਰਹਿਮਤ ਅਲੀ ਕਿੱਥੇ ਆ? ਜਿਹੜੇ ਸਾਡੇ ਨਾਲ ਪੜ੍ਹਦੇ ਸੀ ਨਾ, ਅਸੀਂ ਫਿਰ ਹਟ ਗਏ ਸੀ ਪੜ੍ਹਨ ਨੂੰ। ਅੱਛਾ, ਤੁਸੀਂ 11 ਸਾਲ ਦੀ ਹਾਂਜੀ ਉਮਰ ਚ ਜੀਵੀਦਾਰ ਨਾ ਪਿਆ ਕਰਨ, ਉਹ ਵੈਸੇ ਸਾਨੂੰ ਪਾਕਿਸਤਾਨ ਸਿਰਫ ਕਿੱਥੇ ਰਹਿੰਦੇ ਆ, ਮਕਬੂਲ ਦਾ ਉਹ ਕਿੱਥੇ ਕਿੱਥੇ ਪੜ੍ਹਨਾ? ਰਹਿੰਦੇ ਆ? ਉਹ ਪੁੱਛ ਰਿਹਾ ਪਾਕਿਸਤਾਨ ਜਾ ਕੇ ਮਕਬੂਲ ਦਾ ਰਹਿਮਤ ਦਾ ਪਤਾ ਤੈਨੂੰ ਕਿੱਥੇ ਹੈ? ਹੈ ਬਈ ਇੱਥੇ ਕਿੱਥੇ ਆਏ ਹੋ ਮਕਬੂਲ ਦਾ ਰਹਿਮਤ ਜਾਣਦੇ? ਮਕਬੂਲ ਤੇ ਰਹਿਮਤ ਅਲੀ ਪਾਕਿਸਤਾਨ ਦਾ ਪਤਾ ਕਿੱਥੇ ਰਹਿੰਦੇ? ਮਕਬੂਲ ਉਹ ਜਾਣੇ, ਉਹ ਪੁੱਛ, ਉਹ ਕਹਿੰਦੇ ਆ ਵੀ ਤੁਹਾਡੇ ਜਿਹੜਾ ਮੁਸਲਮਾਨ ਦਾ ਮਕਬੂਲ ਤੇ ਰਹਿਮਤ ਅਲੀ ਮੇਰੇ ਨਾਲ ਪੜ੍ਹਦੇ ਸੀ, ਉਹ ਇੱਥੇ ਹੁਣ ਹੈਗੇ ਆ, ਉਹ ਜਾਣਦੇ ਉਹਨਾਂ ਨੂੰ? ਉਹ ਕਿਹੜੀ ਕੌਮ ਦੇ ਸੀਗੇ ਉਹ? ਉਹ ਮੁਸਲਮਾਨ ਹੀ ਸੀਗੇ, ਮੁਸਲਮਾਨ ਜੱਟ ਹੀ ਸੀ, ਸੀ ਜੱਟ ਜੱਟਾਂ ਚੋਂ? ਜੱਟਾਂ ਚੋਂ ਸੀ। ਇੱਕ ਦੀਨੂ ਨਾਈ ਹੁੰਦਾ ਸੀ, ਦੀਨੂ ਨਾਈ, ਉਹ ਨਾਈ ਵੀ ਸੀ ਤਾਂ ਹਕੀਮ ਵੀ ਸੀਗਾ, ਫੋੜਿਆਂ ਫਾੜਿਆਂ ਦਾ ਇਲਾਜ ਕਰਦਾ ਸੀ, ਆ ਦੇਗਾ ਦੂਗਾ ਬਣਾਉਂਦਾ ਹੁੰਦਾ ਸੀ। ਨਾਈ, ਦੀਨੂ ਨਾਈ ਕੋਈ ਨਾਈ, ਸੀਗਾ? ਦੀਨੂ ਨਾਈ, ਆਹੋ ਜੀ ਉਹ ਤਾਂ ਸੀਗਾ ਹਾਂ। ਸਾਡੇ ਘਰ ਦੇ ਨਾਲ ਸੀ ਦੀਨੂ ਨਾਈ। ਇੱਕ ਅੱਛਾ ਵਾਰੀ ਘਰ ਅੱਛਾ ਦਾ ਚੰਗੀ ਭਰੀ ਸੀ, ਕਦੇ ਘੋੜੀ ਤੇ ਜਾਂਦਾ ਹੁੰਦਾ ਸੀ, ਹਾਂਜੀ ਹਾਂਜੀ ਘੋੜੀ ਤੇ ਚੜ੍ਹ ਕੇ ਪਿੰਡਾਂ ਚ ਜਾਂਦਾ ਹੁੰਦਾ ਸੀ। ਹਾਂਜੀ ਉਹ ਹਾਂਜੀ, ਇੱਥੇ ਆਏ ਪਤਾ? ਹਕੀ ਹਿਕਮਤ ਵੀ ਕਰਦੇ ਸੀ, ਫੋੜਿਆਂ ਫਾੜਿਆਂ ਦਾ ਇਲਾਜ ਵੀ ਕਰਦੇ ਹਿਕਮਤ ਸੀ। ਹੀ ਕਰਦਾ ਸੀਗੇ ਜੀਂਦਾ ਨਾਈ, ਹਿਕਮਤ ਕਰਦਾ ਸੀਗਾ, ਘੋੜੀ ਤੇ ਚੜ੍ਹ ਕੇ ਪਿੰਡਾਂ ਨੂੰ ਜਾਂਦਾ ਹੁੰਦਾ ਸੀ, ਹਾਂਜੀ ਨੌਵਾਂ ਲੈ ਕੇ ਹਾਂਜੀ ਲੋਕਾਂ ਨੇ। ਹਾਂਜੀ ਹਾਂਜੀ, ਉਹ ਮੈਂ ਮਾੜੀ ਜਿਹਾ ਦੇਖੋ ਜਾਣੀ, ਮੈਨੂੰ ਉਹਨਾਂ ਪਤਾ ਕਿ ਉਹ ਮੇਰਾ ਵੀ ਉਹ ਇਲਾਜ ਉਹਦੇ ਕਰਦੇ ਮੁੰਡੇ ਸੀ। ਸੀਗੇ ਕਰਮਦੀਨ, ਮੈਂ ਪੁੱਛਦੇ ਉਹਦਾ ਇੱਥੇ ਮੁੰਡਾ ਕਿੱਥੇ ਕਰਮਦੀਨ, ਆ ਇੱਥੇ ਪਤਾ ਲੈਣਾ ਹੈ। ਉਹ ਮੈਂ ਨਹੀਂ ਉਹਨਾਂ ਨੂੰ ਜਾਣਦਾ ਜੀ, ਕਿ ਉਹ ਸਾਡੇ ਘਰ ਆਉਂਦੇ ਸੀ, ਇਲਾਜ ਕਰਦੇ ਉਹਦੇ ਸੀ। ਮੁੰਡੇ ਦਾ ਪਹਿਲਾਂ ਆ ਗਿਆ 316 ਚਿੱਟਿਆਂ ਨੂੰ, ਹਾਂਜੀ, ਉਹ ਨਹੀਂ ਮੈਂ ਤਿੰਨ ਸੌ ਜਾਣਦਾ ਜੀ ਉਹਨਾਂ ਨੂੰ, ਸੌ ਚੁਟਿਆ ਨੇ ਹੈ 316 ਚ, ਉਹ ਅੱਛਾ, ਜਿਹੜਾ 316 ਵਿੱਚ ਕੀ ਹੋ ਗਿਆ? ਹਾਂਜੀ ਤੁਸੀਂ, ਮੇਰੀ ਗੱਲ ਸੁਣਨਾ, ਜਿਹੜਾ ਹਾਂਜੀ ਤੁਸੀਂ ਹਾਂਜੀ ਮਕਬੂਲ ਤੋਂ ਦੱਸਦੇ ਰਹਿਮ ਸਰੀ, ਉਹ ਹਾਂ ਵੀ ਨਾਈ ਸੀਗੇ, ਹਾਂਜੀ, ਜੱਟ ਉਹ ਨਹੀਂ ਨਾਈ ਨਹੀਂ, ਉਹ ਜੱਟ ਸੀਗੇ ਉਹ ਜੱਟ ਸੀਗੇ ਜੀ। ਕਿ ਜੱਟ ਸੀਗੇ ਉਹ ਆ ਜਿਹੜਾ ਸਕੂਲ ਆਪਣਾ ਪ੍ਰਾਇਮਰੀ ਸਕੂਲ ਸੀ, ਇਹਦੇ ਮਕਬੂਲ ਪਹਿਲੇ ਤੇ ਰਹਿਮ ਪੈਦਲੇ ਸਰੀ ਦਾ? ਚੜ੍ਹਦੇ ਪਾਸੇ ਨੂੰ ਸੀਗੇ ਉਹ, ਜਿੱਥੇ ਬਸੰਤਾ ਭੰਜੜਾ ਮੁਨਸ਼ੀ, ਉਹ ਜੱਟ ਸੀਗੇ ਮਕਬੂਲ ਹਾਂ ਤੇ ਰਹਿਮ ਜੱਟ ਸਰੀ, ਸੀਗੇ ਜੀ ਜੱਟ। ਉਹ ਮਕਬੂਲ ਤੇ ਰਹਿਮ ਸਰੀ ਜ਼ਿਆਦਾ ਨਾ ਪਤਾ ਉਹਨੂੰ ਕਿਸੇ ਪਾਸੇ ਦਾ ਬੰਦੇ ਜ਼ਿਹਨ ਚ ਗੱਲ ਆਉਂਦੀ ਆ, ਇਹ ਮੈਂ ਉਹ ਦੱਸਦਾ ਮੇਰੇ ਗੱਲ ਜੀ, ਦਾ ਜ਼ਿਹਨ ਚ ਨਹੀਂ ਆਈ ਉਹ। ਉਹ ਕਹਿੰਦੇ ਪ੍ਰਾਇਮਰੀ ਸਕੂਲ ਦੇ ਨਾਲ ਉਹਨਾਂ ਦਾ ਘਰ ਸੀ ਤੇ ਜੱਟ ਸੀਗੇ ਉਹ। ਅੱਛਾ, ਹਾਂਜੀ ਉਹ ਫਿਰ ਮੇਰੇ ਗੱਲ ਜ਼ਿਹਨ ਚ ਆ ਗਈ ਆ, ਉਹ ਪ੍ਰਾਇਮਰੀ ਸਕੂਲ ਚ ਉਹਨਾਂ ਨਾਲ ਜਿਹੜਾ ਘਰ ਸੀਗਾ ਨਾ, ਉਹ ਕਰੀਮ ਬਖਸ਼ ਦੇ ਮੁੰਡੇ ਤੇ ਸੀਗੇ, ਕਰੀਮ ਬਖਸ਼ ਦੇ, ਹਾਂਜੀ ਹਾਂਜੀ, ਉਹ ਉਹਨਾਂ ਦਾ ਨਿਆਣਿਆਂ ਤੋਂ ਬਾਪ ਮੈਂ ਦਾ ਕਰੀਮ ਜਾਣਦਾ, ਬਖਸ਼ ਬੁੜਿਆਂ ਦਾ। ਨੂੰ ਨਹੀਂ ਜਾ। ਮੈਂ ਕਿਹਾ ਉਹ ਜਿਹੜਾ ਤੁਸੀਂ ਦੱਸਿਆ ਉਹਨਾਂ ਦੇ ਬਾਪ ਦਾ ਕਰੀਮ ਬਖਸ਼, ਹਾਂਜੀ ਕਰੀਮ ਬਖਸ਼ ਹਾਂਜੀ, ਸੀ, ਬੁੜਿਆਂ ਦਾ ਨਹੀਂ ਪਤਾ, ਬੁੜਿਆਂ ਨਹੀਂ ਮੇਰਾ ਪਤਾ, ਹੈ ਨਹੀਂ ਪਤਾ ਬੁੜਿਆਂ ਦਾ, ਕਹਿ ਰਿਹਾ ਮੈਨੂੰ ਨਹੀਂ ਪਤਾ ਬੁੜਿਆਂ ਦਾ। ਅੱਛਾ, ਮੈਂ ਕਿਹਾ ਕਰੀਮ ਬਖਸ਼ ਦੇ ਮੁੰਡੇ ਸੀ ਸਕੂਲ ਦੇ ਨਾਲ, ਹਾਂਜੀ ਹਾਂਜੀ, ਹੋਰ ਨਾ ਹੋਣ।
ਉਹ ਕਈਆਂ ਗੱਲਾਂ ਦੇ ਨਾ ਸੌ ਭੁੱਲ ਜਾਂਦੇ ਆ, ਹਾਂਜੀ ਵੀ ਹਾਂਜੀ ਰਾਤ ਨੂੰ ਜਦੋਂ ਮੈਂ ਇਹ ਤਾਂ ਪੰਜਾਬ ਗੱਲ ਨੂੰ ਹੈ ਫਿਰ ਜੀ, ਸੌ ਹੋ ਜਾਂਦਾ, ਸਾਨੂੰ ਸਾਨੂੰ ਵੀ ਭੁੱਲ ਗਏ ਹੋ ਨਾ, ਕਿਉਂਕਿ ਲੜੀ ਦੀ ਗੱਲ ਆਏ। ਹਾਂਜੀ। ਤੇ ਕਰੀਮ ਬਖਸ਼ ਇੱਕ ਸੌ ਬੜਾ ਸਾਲ ਤਾਂ ਮਸ਼ਹੂਰ ਹੋ ਹੁੰਦਾ ਸੀਗਾ, ਕਰੀਮ ਬਖਸ਼ ਇੱਕ ਬਹੁਤ ਮਸ਼ਹੂਰ ਗਿਆ ਹੁੰਦਾ ਸੀ ਤੁਹਾਡੇ ਪਿੰਡ ਦਾ। ਕਰੀਮਾ ਕਰੀਮਾ ਕਰੀਮ ਬਖਸ਼ ਜਿਹੜਾ, ਉਹ ਜਿਹੜਾ ਦੱਸਦੇ ਉਹ ਤਾਂ ਮੈਂ ਤੁਹਾਨੂੰ ਅੱਗੇ ਗੱਲ ਦੱਸੀ ਸੀ, ਉਹਦਾ ਜੇ ਅਸੀਂ ਮਰ ਗਏ ਫਿਰ ਹਾਂਜੀ ਹਾਂਜੀ ਉਹ ਮੈਨੂੰ ਬਹੁਤ ਪਤਾ, ਮਸ਼ਹੂਰ ਕਰੀਮ ਬੁੜੇ ਬਖਸ਼ ਦੱਸਦੇ ਨੇ ਕਰੀਮਾ। ਉਸ ਸਾਰੇ ਇਲਾਕੇ ਦਾ ਪ੍ਰਸਿੱਧ ਉਹ ਜਿਹੜਾ ਮਸ਼ਹੂਰ ਸੀ ਨਾ, ਹਾਂਜੀ ਉਹਦਾ ਭਰਾ ਸੀਗਾ, ਚਾਰ ਭਰਾ ਸੀ ਉਹ, ਤੇ ਸਰਦਾਰ ਸਾਹਿਬ ਨੇ ਤੁਹਾਨੂੰ ਗੱਲ ਸੁਣਾਉਣਾ, ਸੋਨੀ ਬਖਸ਼ ਉਹਦੇ ਨਾਲ ਉਹ ਅੱਛਾ ਸੀਗੇ ਚਾਰ ਭਰਾ, ਹਾਂਜੀ ਲੱਗਦਾ ਪਤਾ ਹਾਂਜੀ ਹਾਂਜੀ ਮੈਂ ਉਹਨਾਂ ਨੂੰ ਜਾਣਦਾ, ਕਰੀਮੇ ਨੂੰ ਬੋਲੀ ਸਾਡੇ ਬਜ਼ੁਰਗ ਦੱਸਦੇ ਨੇ ਇੱਕ ਗੱਲ, ਉਹ ਜਿਹੜੀ ਮੈਂ ਲੱਗਾ ਗੱਲ ਕਰਨ, ਤੁਸੀਂ ਮੇਰੀ ਗੱਲ ਸਮਝੋ, ਅਸੀਂ ਨਿਆਣੇ ਸੇ। ਉਹ ਮਸ਼ਹੂਰ ਸੀਗੇ ਚਾਰ ਭਰਾ ਸੀਗੇ, ਤੇ ਅੱਛਾ ਅਸੀਂ ਤਾਂ ਮੈਂ ਤਾਂ ਆਪ ਨੇ ਕਿੰਨੀ ਬਖਸ਼ ਦੇਖਿਆ, ਉਹ ਹਾਂਜੀ ਕਿਸੇ ਜੇਲ੍ਹਾਂ 'ਚ ਘੁੰਮਦਾ ਕੰਮਦਾ ਫਿਰਦਾ, ਜੇਲ੍ਹ ਦੇ ਵਿੱਚ ਮੈਂ ਹਾਂਜੀ ਹਾਂਜੀ ਜਦੋਂ ਹਾਂਜੀ ਪੜ੍ਹਦਾ ਹੁੰਦਾ ਸੀ ਨਾ, ਹਾਂਜੀ ਮੈਂ ਪੜ੍ਹਦਾ ਹੁੰਦਾ ਸੀ ਤਾਂ ਮਾਸਟਰ ਨੇ ਨਾ ਚਿੱਠੀ ਪੱਤੀ 'ਚ ਮੈਂ ਕੰਮ ਕਰਾਉਣਾ ਮਾਸਟਰ ਨੇ ਦਾਖਲ ਦੇਣਾ, ਤਾਂ ਹਾਂਜੀ ਮੈਂ ਇੱਕ ਦੋ ਵਾਰੀ ਨਾ ਪਾਰਸਲ ਕਰਕੇ ਜਿੱਥੇ ਉਹਨੇ ਭੇਜੀ ਸਾਹੀਵਾਲ ਨੂੰ, ਸਾਹੀਵਾਲ ਸੀ ਜੇਲ੍ਹ 'ਚੋਂ, ਉੱਥੇ ਜਿੱਥੇ ਉਹਨੇ ਭੇਜੀ ਦੋ ਵਾਰੀ ਪਾਰਸਲ, ਤੇ ਉੱਥੇ ਨਾਲ ਉਹਦਾ ਲਿਖ, ਹਾਂਜੀ ਉਹ ਫਿਰ ਨਾ ਪਾਕਿਸਤਾਨ ਬਣਨੇ ਤੇ ਨਾ ਪਹਿਲਾਂ ਉੱਧਰ ਹੀ ਮਰ ਗਿਆ, ਹਾਂਜੀ ਉਹਦੀ ਲਾਸ਼ ਪਿੰਡ ਦੀ ਆਈ, ਇਹ ਲਾਸ਼ ਅੱਛਾ ਉਹਦੀ ਪਿੰਡ ਆਉਂਦੀ ਤੇ ਹਾਂਜੀ ਰੌਲਾ ਪੈ ਜਾਂਦਾ ਸਾਰੇ ਪਿੰਡ, ਹਾਂਜੀ ਹਾਂਜੀ ਸਾਨੂੰ ਉਹਦੀ ਲਾਸ਼ ਦਾ ਨਹੀਂ ਪਤਾ ਲੱਗਾ, ਅੱਛਾ ਉਹ ਅੱਛਾ ਸਾਡੇ ਉੱਧਰ ਹੀ ਮਰ ਗਿਆ, ਉਹ ਹਾਂਜੀ ਸਾਰੇ ਹਾਂਜੀ ਇਲਾਕੇ ਦਾ ਜਾਣੂ ਪਛਾਣੂ ਬੰਦਾ ਸੀਗਾ, ਸਾਰੀ ਦੁਨੀਆ ਡਰੀ ਸੀ, ਉਹ ਕੁਝ ਹਾਂਜੀ ਸੀ ਹਾਂਜੀ ਸਾਰੀ ਦੁਨੀਆ ਡਰੀ ਸੀ, ਬਹੁਤ ਹਾਂਜੀ ਵੱਡਾ, ਹਾਂਜੀ 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 ਉਹਦਾ ਨਾਂ ਲੈ ਹਾਂ ਕੇ ਬਹੁਤ ਡਰਦੇ ਸੀ ਵੀ ਅਸੀਂ ਉਸ ਪਿੰਡ ਦੇ ਹਾਂ, ਸਾਰਾ ਜਹਾਨ ਡਰਦਾ ਸੀ ਕੋਈ ਪਾਣੀ ਨੂੰ ਕਹਿਣਾ ਪੁੱਛੀ ਅਸੀਂ ਕਰੀਮੇ ਦੇ ਕਰਕੇ। ਪਿੰਡ ਦੇ, ਹਾਂਜੀ ਹਾਂਜੀ ਏਦਾਂ ਕਰਦੇ ਹੁੰਦੇ ਸੀ, ਤੁਸੀਂ ਵੀ ਦੇਖ ਦੇਖ ਗੱਲ ਸੁਣੀ ਹੈ, ਦੇਖਿਆ ਮੈਂ ਵੀ ਨਹੀਂ ਉਹ, ਦੇਖਿਆ ਮੈਂ ਵੀ ਨਹੀਂ ਤੁਸੀਂ ਜੀ, ਪਹਿਲਾਂ ਮੈਂ ਵੀ ਦੇਖਿਆ ਤੁਹਾਨੂੰ ਮੈਂ ਬਜ਼ੁਰਗ ਸਾਡੇ ਦਾਦੀਆਂ ਦੱਸਦੀਆਂ ਹੁੰਦੀਆਂ ਸੌ, ਸੀ। ਮੈਨੂੰ ਉਹਦੀ ਸ਼ਕਲ ਦਾ ਸੌ ਭੁੱਲਿਆ ਸੀਗਾ, ਪਹਿਲਾਂ ਦੇਖਿਆ ਹੋਊਗਾ, ਫਿਰ ਜਦੋਂ ਨਾ ਉਸ ਜੇਲ੍ਹ ਚਲਾ ਗਿਆ ਤਾਂ ਫਿਰ ਵੀ ਦੇਖਿਆ, ਹਾਂਜੀ ਉਸ ਮੁੜ ਕੇ ਆਇਆ ਨਹੀਂ ਕਿ ਉਧਰ ਨੂੰ ਕਿਸੇ ਜ਼ਰਾ ਜ਼ਰਾ ਦੇ ਕੇ ਤਾਂ ਉਹ ਕੰਮ ਕਰ ਦਿੱਤਾ ਉਧਰ ਜਿਹਾ, ਹਾਂਜੀ ਉਸੇ ਵੀ ਚੱਕ ਦਿੰਦਾ ਲੋਕਾਂ ਨੂੰ, ਅੱਛਾ ਉਸੇ ਵੀ ਕਹਿੰਦੇ ਚੱਕੀ ਪੀਤਾ ਸੀਗਾ, ਹਾਂਜੀ ਦਰੋਗਾ ਰੋਟੀ ਲੈ ਕੇ ਆਇਆ, ਕਹਿੰਦਾ ਤੁਸੀਂ ਲੇਟ ਆਇਆ ਹੋ ਕੇ, ਉਹ ਸਾਈ ਸੀ ਉਹਦੇ ਹੱਥ ਦੇ ਵਿੱਚ ਰੱਖ ਦੇ ਮਾਰ ਕੇ ਰੱਖ ਲਾ ਤਾ ਉਹਦਾ, ਹਾਂਜੀ ਹਾਂਜੀ ਉਹ ਫਿਰ ਮੁੜ ਕੇ ਨਾ ਉਹਨੇ ਖੀਰ ਖਾ ਪੂ ਕੇ ਨਾ ਹੁਣ ਫਿਰ ਹਾਂ ਨਿਕਲ ਨਹੀਂ ਦਿੱਤਾ ਉਹਨਾਂ ਨੂੰ, ਹਾਂਜੀ ਕਿਸੇ ਕਿਤੇ ਮਰ ਗਿਆ ਉਹ ਉਹ, ਸਾਡੇ ਸਦਰ ਥਾਣੇ ਹੁਸ਼ਿਆਰਪੁਰ ਵਿੱਚ ਉਹਦੀ ਕਬਰ ਬਣਾਈ ਸੀ, ਉਹਨੂੰ ਜਿੰਦਾ ਲਾਇਆ ਸੀ, ਅਸੀਂ ਦੇਖਣ ਜਾਈਦਾ ਸੀ। ਕੋਈ ਉਸ ਇਲਾਕੇ ਸਾਰੇ ਮਸ਼ਹੂਰ ਹੋ ਗਿਆ ਸੀ ਉਹਦਾ, ਹਾਂਜੀ 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 ਉਹਦੇ ਸਾਰੇ ਇਲਾਕੇ ਮਸ਼ਹੂਰ ਹੋ ਗਏ, ਸਾਡੇ ਤਾਂ ਉਹਨਾਂ ਦੇ ਹਿੰਦੁਸਤਾਨ ਚ ਕਣਕਾਂ ਦਾ ਪੇੜ ਇਕੱਠੇ ਹੁੰਦੇ ਸੀ, ਹਾਂਜੀ ਹਾਂਜੀ ਪੇੜ ਕਿਸੇ ਕਣਕ ਕੋਲ ਨਹੀਂ, ਸਾਡੇ 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 ਦਾਦੇ ਸੀ ਉਹਨਾਂ ਦਾ ਘਰ ਸੀਗਾ, ਹਾਂਜੀ ਉਹਨਾਂ ਦਾ ਘਰ ਸਾਡੇ ਲਾਗੇ ਸੀਗਾ ਉਹਨਾਂ ਦਾ, ਅੱਛਾ ਜੀ ਬਾਕੀ ਦੀ ਜੱਟ ਪਰ ਇਸਦੇ ਚਾਰ ਫੇਰੇ ਕਿੱਲੇ ਲੈਂਦੇ, ਇਹ ਸਾਡੇ ਲਾਗੇ ਸੀਗੇ, ਠੀਕ ਹੈ ਜੀ ਉਹਦਾ ਬਗਵਾਏ ਨਹੀਂ ਸੀ, ਅਸੀਂ ਸਾਡੀ ਅਸੀਂ ਬਗਵਾਏ ਸੀਗੇ, ਇਹ ਹਾਂਜੀ ਪਰ ਸੋਚੇ ਸੀ ਇਹਦਾ ਕੰਮ ਹੋ ਸੀ, ਘਰ ਅੱਛਾ ਸਾਡੇ ਦੇ ਲਾਗੇ ਸੀਗੇ। ਯਾਰ ਤੇਰੀ ਗੱਲ ਤਾਂ ਮੇਰੇ ਦੇਖੇ ਸੀ ਅਸਰ, ਜੇ ਤੁਸੀਂ ਦੂਸਰੀ ਚਬਾੜੀ ਦੇ ਹਾਂਜੀ ਹਾਂਜੀ ਇਹ ਉਰਲੇ ਪਾਸੇ ਦੇ ਹੁੰਦੇ ਕੋਈ 15 ਦਾ, ਹਾਂਜੀ ਇਸ ਸਾਡੇ ਕਰਕੇ ਨਾ ਜਿਹੜੇ ਘਰ ਸਾਡੇ ਦੋ ਘਰ, ਉਰਲੇ ਉੱਥੇ ਵੀ ਸਵਾਲ ਇੱਕ ਪ੍ਰੇਮਾ ਰਹਿੰਦਾ ਸੀ, ਪ੍ਰੇਮਾ ਉਸ ਘਰ 'ਚ, ਉੱਥੇ ਇਮਲੀ ਹੁੰਦੀ ਸੀ, ਇਮਲੀ ਦੇ ਨਾਂ ਇਹ ਘਰ ਹੁੰਦਾ, ਪ੍ਰੇਮਾ ਹੈ ਪ੍ਰੇਮਾ ਪ੍ਰੇਮਾ, ਬਜ਼ੁਰਗ ਪ੍ਰੇਮਾ ਸਾਡੇ ਪ੍ਰੇਮਾ ਬੁੜੇ ਬੁੜੇ ਤਿੰਨ ਚਾਰ ਭਰਾ ਸੀਗੇ, ਕੌਣ ਪ੍ਰੇਮਾ ਇੱਕ ਮੱਘਰ ਸੀ, ਮੱਘਰ ਇੱਕ ਸੀਗਾ, ਫੱਗੂ ਇੱਕ ਸੀ, ਅਛਰੂ ਇੱਕ ਸੀ, ਪ੍ਰੇਮਾ ਚਾਰ ਭਰਾ ਸੀ ਸਾਡੇ ਬਾਬੇ। ਉਹ ਫੇ ਉਹਨਾਂ ਦਾ ਮੈਨੂੰ ਨਾਮ ਯਾਦ ਆ, ਨਹੀਂ ਤੁਹਾਨੂੰ ਤਾਂ ਕੋਈ ਚਲੋ ਤੇਜ਼ ਦੀ ਗੱਲ ਆਪਣੇ ਉਮਰ ਤੇ ਉਹ ਸਾਨੂੰ ਤਾਂ ਪਤਾ ਹੈ। ਬਾਈ ਦੇ ਵਿੱਚ ਤਾਂ ਜਦੋਂ 11 ਸਾਲ ਮੇਰੀ ਉਮਰ ਹੋ ਗਈ ਨਾ, ਮੈਂ ਫਿਰ ਹਾਂ ਬਾਈ ਲਾਪਿਆ ਕਰ ਲਓ ਆਪਣੇ ਬਾਪ ਦੇ ਨਾਲ ਠੀਕ ਹੈ ਆਟੋ ਠੀਕ ਹਟ ਹੈ ਕੇ ਨਾ, ਹਾਂ
ਵੀ ਆਪਣੀ ਬਾਈਕ ਆਪਣੇ ਜ਼ਿਮੀਦਾਰ ਸਾਰੇ ਦਾ ਪਤਾ ਠੀਕ ਹੈ ਆ ਸਰ। ਬਹੁਤ ਇਹਦੇ ਚੰਗੇ ਆ, ਮੈਨੂੰ ਇਹਦੀਆਂ ਹਾਂਜੀ ਚੰਗੀਆਂ, ਫਿਰ ਮੈਂ ਇੱਦਾਂ ਦੇ ਕੰਮਾਂ ਦੇ ਵਿੱਚ ਪੈ ਗਿਆ। ਫਿਰ ਅੱਛਾ ਇੱਦਾਂ ਦੇ ਜੀ, ਕੰਮਾਂ ਨੂੰ ਵੀ ਸ਼ੌਕ ਜ਼ਿਆਦਾ ਸੀਗਾ, ਅੱਛਾ ਇੱਧਰ ਵੀ ਜੀ, ਆ ਕੇ ਬੜੀਆ ਉੱਚੀ ਉੱਚੀ ਯੋਗਾ ਅਸੀਂ ਰੱਖਿਆ, ਹਾਂਜੀ ਬਹੁਤ ਹਾਂਜੀ ਭਾਰੀ ਹਾਂਜੀ, ਭਾਰੀ ਯੋਗਾ। ਠੀਕ ਹੈ ਠੀਕ ਹੈ ਤੇ ਜੀ, ਫਿਰ ਬਾਕੀ ਤਾਂ ਆ ਗਏ ਅਸਰ ਤਾਂ ਬੰਦੇ ਸੀਗੇ ਜਿਹਨੇ ਸਾਨੂੰ ਦੱਸਿਆ ਤਾਂ ਗਿਆਨ ਚੰਦ, ਰਾਮ ਹਾਂ ਕੁਮਾਰ, ਹਾਂਜੀ ਦਲੀਪ ਹਾਂਜੀ ਚੰਦ ਕੂਦ, ਇਹ ਸਾਡਾ ਹਾਂਜੀ ਫਰਜ਼ ਹੈ ਹਾਂਜੀ ਇਹਨਾਂ ਦੀ। ਹਾਂਜੀ, ਇਹਨਾਂ ਦੀ ਗੱਲ ਇਹਨਾਂ ਦੇ ਪੁੱਛੋ ਨਿਆਣੇ ਬੈਠੇ ਉੱਥੇ। ਇਹਨਾਂ ਦੇ ਕੋਈ ਨਿਆਣੇ ਨੁਣੇ ਹੈਗੇ ਆ ਕੋਈ ਕੂਦ ਉਹ ਚੰਦ ਦੇ? ਦਿੱਲੀ ਰਹਿੰਦੇ ਆ ਜੀ, ਦੀਪੇ ਦੇ ਨਿਆਣੇ ਹੈਗੇ, ਉਹ ਵੀ ਨਾ ਹੋਏ ਮਰ ਗਏ, ਉਹ ਵੀ ਸਾਰੇ ਨਿਆਣੇ ਵੀ ਮਰ ਗਏ ਉਹਨਾਂ ਦੇ, ਦੀਪੇ ਦੇ ਜਿਹੜਾ ਦੀਪ ਕੁਮਾਰ ਅੱਛਾ, ਸੀ ਉਹ ਵੀ, ਰਾਮ ਕੁਮਾਰ ਦਾ ਨਿਆਣਾ ਉਹ ਬਾਹਰ ਇੰਗਲੈਂਡ ਕਨੇਡਾ 'ਚ ਮਰ ਗਿਆ ਸੀਗਾ। ਇਹ ਪੰਡਤਾਂ ਚੋਂ? ਹਾਂਜੀ, ਪਾਂਡਤਾਂ ਚੋਂ। ਤੇ ਸ਼ਾਹਰੁਖ ਖਾਨ ਵਿਆਹਿਆ ਜੀ ਇੱਥੇ, ਸ਼ਾਹਰੁਖ ਖਾਨ ਇਸ ਪਿੰਡ 'ਚ ਪੰਡਤਾਂ ਦੇ, ਰਾਮ ਕੁਮਾਰਾਂ ਦੇ ਘਰ ਦਾ ਪਿੰਡ ਦੇ ਵਿਚਾਲੇ ਹੁੰਦਾ ਸੀਗਾ, ਆ ਮੂਲਾ ਪਿੰਡ ਸੀ, ਦੇ ਵਿਚਾਲੇ ਹੁੰਦਾ ਮੂਲਾ ਨਾਂ ਸੀ ਉਹਦਾ ਪੇ ਦਾ ਨਾ। ਨਾਂ, ਅੱਛਾ, ਹੈ ਮੂਲਾ ਰਾਮ, ਮੂਲਾ ਰਾਮ, ਰਾਮ ਕੁਮਾਰ ਦਾ ਪੇ। ਮੂਲ ਰਾਜ ਦਾ, ਹਾਂ ਮੂਲ ਰਾਜ ਦਾ, ਮੂਲ ਹਾਂ ਰਾਮ ਕੇ ਮੂਲ ਹਾਂਜੀ ਰਾਜ ਹਾਂਜੀ। ਇੱਕ ਤਾਂ ਸਾਡੇ ਰਾਮ ਕੁਮਾਰ ਦੀ ਮੈਂ ਇੰਟਰਵਿਊ ਵੀ ਕੀਤੀ ਮੂਲ। ਆ, ਪੁਰਾਣੇ ਸੁਣਦਾ ਘੱਟ ਸੀ ਉਹੀ। ਅੱਛਾ ਮੇਰੀ ਗੱਲ ਸੁਣ, ਹੁਣ ਹਾਂਜੀ, ਤੈਨੂੰ ਸਾਡੇ ਘਰ ਦਾ ਪਤਾ ਲੱਗਾ ਫਿਰ ਕਿਸੇ ਤੇ ਦੇ ਉਹਦੇ ਮੈਨੂੰ ਪਾਸੇ ਨਹੀਂ ਦਾ ਅਜੇ ਪਤਾ ਸੀਗਾ? ਲੱਗਾ ਕਿੱਥੇ ਕਿੱਥੇ ਕੀ ਸੀ ਘਰ ਤੁਹਾਡਾ। ਦੁਬਾਰਾ ਦੱਸਿਓ, ਮੈਂ ਕਿਹਾ ਕ੍ਰਿਸ਼ਨ ਜਿਸ ਦੱਸਣਾ ਬੜਿਆ ਸੀਗਾ ਕਿੱਧਰ ਨੰਦਾ ਸੱਜੇ ਨਾਲ ਦਾ ਖੱਬੇ ਪਿੰਡ, ਆਪਣੇ ਕ੍ਰਿਸ਼ਨ ਦੇ ਹਾਂਜੀ ਸੱਜੇ ਖੱਬੇ ਕਿੱਧਰ ਲੱਗਣ, ਕ੍ਰਿਸ਼ਨ ਵਾਲੀ ਜਿਹੜੀ ਲੈਨ ਸੀ ਦੂਸਰੀ ਲੈਨ ਸੀ ਨਾਲ ਹੀ, ਜਿਹੜੀ ਕ੍ਰਿਸ਼ਨ ਵਾਲੀ ਲੈਨ ਸੀ ਨਾ ਜਾਂਦੀ ਬਾਹਰ ਨੂੰ, ਉਸ ਦੂਸਰੀ ਦਾ ਜਨਾਸਬ ਕਾਲੀ ਦਾ ਸ਼ੁਭਰ ਦਾਸ ਉਹਨਾਂ ਦੇ ਘਰ ਦਾ। ਹਾਂਜੀ ਹਾਂਜੀ, ਉਹ ਹੈਗਾ ਜੀ, ਉਹ ਉਹਨਾਂ ਦੇ ਘਰ ਤਾਂ ਪਤਾ, ਹੁਣ ਤੁਹਾਡੇ ਘਰ ਦਾ ਨਹੀਂ ਮੈਨੂੰ ਪਤਾ ਲੱਗਾ, ਉੱਥੇ ਹੁਣ ਤੁਹਾਡੇ ਬਾਹਮਣਾਂ ਦੇ ਉਹ ਜਿਹੜੇ ਹੈਗੇ। ਕਾਲੀਦਾਸ ਉਹਨਾਂ ਦੇ ਘਰ ਦਾ ਦਾਸ ਨਾਲ ਕਾਲੀਦਾਸ ਸ਼ੁਭਰ ਦਾਸ ਬਾਹਮਣ ਹਾਂਜੀ ਦੇ ਹਾਂਜੀ ਸੀਗੇ ਹਾਂਜੀ ਉਹਨਾਂ ਦੇ ਹਾਂਜੀ, ਘਰ ਦਾ, ਉਹਦੇ ਉਹਨਾਂ ਨੂੰ ਜਾਣਦਾ ਮੈਂ ਉਹ ਜੀ। ਸੇਨਪੋਰ ਇਲਾਕੇ ਤੋਂ, ਫਿਰ ਸਾਡੇ ਇੱਧਰ ਬੜਾ ਹੁੰਦਾ ਸੀ, ਬਾਅਦ ਸਾਡੇ ਬਾਪ ਦਾ ਨਾਂ ਲਿਖਿਆ ਸੀ ਮੈਂ ਉਹ ਜਿਹੜਾ ਵਿੱਚ ਰੰਗ ਸੈਕਟਰੀ, ਫੇਰ ਕੇ। ਜਿਹੜਾ ਸੈਕਟਰੀ ਬੈਂਕਾਂ 'ਚ ਲੱਗਾ ਹੁੰਦਾ ਸੀ, ਉਹਦਾ ਨਾਮ ਭੁੱਲ ਗਿਆ, ਸੈਕਟਰੀ ਹੁੰਦਾ ਸੀ ਆਪਣੇ ਪਿੰਡ ਬੈਂਕਾਂ 'ਚ। ਉਹ ਸਾਡਾ ਫੁੱਫੜ ਸੀਗਾ ਗੁਲਾਮ ਮੁਹੰਮਦ ਸੈਕਟਰੀ, ਅੱਛਾ, ਗੁਲਾਮ ਮੁਹੰਮਦ ਸੈਕਟਰੀ, ਉਹਨੂੰ ਮੈਂ ਜਾਣਦਾ ਹਾਂ ਸੀ, ਸਾਡਾ ਫੁੱਫੜ ਸੀਗਾ, ਉਹ ਦੀਨੂ ਨਾਇ ਦੇ ਘਰ ਦੇ ਨਾਲ ਉਹਨਾਂ ਦਾ ਘਰ ਹੁੰਦਾ ਸੀ, ਉਹਨਾਂ ਦੇ ਘਰ ਤੇ ਜਿਹੜੇ ਸਾਡੇ ਘਰ ਬੈਂਕ। ਉਹਦਾ ਘਰ ਸਾਡੇ ਬਗਲੇ ਪਾਸੇ, ਸਾਡਾ ਘਰ ਮੋਹਰੇ ਪਾਸੇ ਸੀਗਾ, ਉਹ ਅੱਛਾ ਜਿਹੜਾ ਜੀ, ਕਾਲੀਦਾਸ ਸ਼ੁਭਰ ਦਾਸ ਜਿਹੜਾ ਘਰ ਸੀਗਾ ਉਹ ਮੋਹਰੇ ਸਾਡਾ ਘਰ ਸੀਗਾ, ਅੱਛਾ ਜੀ, ਕ੍ਰਿਸ਼ਨ ਦੇ ਕਰਮ ਤਿੰਨ ਚਾਰ ਕਰਮਾਂ ਦਾ ਕ੍ਰਿਸ਼ਨ ਤੇ ਮੋਹਰੇ ਸੰਸਾਰ ਕਰੇ ਦੂਰ ਸੀਗਾ, ਸਿਰਫ ਨਾ ਤਿੰਨ ਚਾਰ ਕਰਮਾਂ ਦਾ ਫਰਕ ਸੀਗਾ ਅੱਛਾ ਕ੍ਰਿਸ਼ਨ ਦੇ ਜੀ, ਨਾਲੋਂ। ਇਹ ਫਿਰ ਉਹ ਨਹੀਂ ਮੈਂ ਜਾਣਦਾ। ਹਾਂ ਸ਼੍ਰੀ ਕ੍ਰਿਸ਼ਨ ਦੀ ਜਿੱਥੇ ਮੂਰਤੀ ਬਣੀ ਹੋਈ ਸੀ, ਹਾਂਜੀ ਹਾਂਜੀ, ਉਹ ਆਹ ਉਹ ਮੰਦਿਰ ਆ, ਉਸੇ ਉਹ ਮੋਹਰੇ ਪਿੱਛੇ ਆ ਜੀ, ਉਹ ਪਿੱਛੇ ਮੰਦਿਰ ਆ, ਹਾਂ ਪਿੱਛੇ। ਅੱਛਾ, ਉਹ ਨਹੀਂ ਮੰਦਿਰ ਪਤਾ ਤੋਂ ਲੱਗਾ, ਪਿੱਛੇ ਚੜ੍ਹਦੇ ਪਾਸੇ ਆ ਜੀ, ਉਹ ਉੱਥੇ ਉਹ ਜਿਹੜਾ ਤੁਹਾਡਾ ਨਾਲ ਤੁਸੀਂ ਦੱਸਦੇ ਆ, ਉਹ ਹੁਣ ਛਕਾ ਮੈਨੂੰ ਉਹ ਇਹ ਨਹੀਂ ਨਾ ਚੇਤਾ ਰਹਿੰਦਾ ਹੁਣ ਕਿੱਥੇ, ਤੇ ਮਤਲਬ ਤੁਹਾਡੇ ਘਰ ਦਾ ਨਹੀਂ ਮੈਨੂੰ, ਤੁਹਾਨੂੰ ਸੈਕਟਰੀ ਹੋਣਾ ਦਾ ਘਰ ਮੈਂ ਪਤਾ ਕਹਤਾ ਨਹੀਂ, ਜਿਹੜੇ ਸਾਡੇ ਸੈਕਟਰੀ ਬਾਪ ਉਹਨਾਂ ਦਾ ਘਰ ਦਾ ਪਤਾ, ਉਹਨਾਂ ਦੇ ਮੋਹਰੇ ਇਹਨਾਂ ਦਾ ਘਰ ਸੀ, ਉਹਦਾ ਹੁਣ ਨਾਮ ਮੈਨੂੰ ਭੁੱਲ ਗਿਆ। ਅੱਛਾ ਤਾਰਿਆਵਾਲ ਸਾਡੇ ਬਾਪ ਦਾ ਤਾਰਿਆਵਾਲ ਹੈ ਜੀ, ਬਗਵਾਏ ਜੱਟ, ਬਗੋਏ ਜੱਟ ਸੀਗੇ ਇਹ। ਅੱਛਾ ਜੀ, ਉਹ ਇੱਦਾਂ ਦੇ ਸਾਨੂੰ ਤਾਂ ਜੱਟਾਂ ਦਾ ਹੀ ਪਤਾ ਸੀ ਜਾਂ ਰੌਲਾ ਦਾ ਪਤਾ ਸੀਗਾ, ਵੀ ਇਹ ਜੱਟ ਆ ਜੀ, ਇਹ ਰੌਲ ਵਾ, ਰੌਲ ਇਹਦੇ ਬਾਹਰ ਜਾਵੇ ਸਮਾਗਰੇ ਚ। ਸਾਡੇ ਪਾਸੇ ਬਾਹਰਲੇ ਪਾਸੇ, ਹਾਂਜੀ, ਉਹ ਸਾਡੇ ਬਾਹਰਲੇ, ਆਪਦੇ ਪਾਸੇ ਰੌਲ ਦਾ ਹਾਂਜੀ ਕਰਦੇ ਹਾਂਜੀ, ਸੀ, ਉਹ ਰੌਲ ਚੜ੍ਹਦੇ, ਬਾਹਰਲੇ ਪਾਸੇ ਸੀਗੇ। ਹਾਂਜੀ ਹਾਂਜੀ, ਸੜਕਾਂ ਵੀ ਹੁਸ਼ਿਆਰਪੁਰ ਵੱਲ ਦੇ ਪਾਸੇ ਸਾਰੇ ਰੌਲ ਰਹਿੰਦੇ ਸੀ, ਜਾਂ ਸਾਡੇ ਉਹ ਘਰਾਂ ਸਾਡੇ ਨਾਲ ਆਪਦੇ ਪਾਸੇ ਰੌਲ ਆਬਦਰਾ, ਹੁੰਦੇ, ਜਿਹੜਾ ਸਾਡੇ ਆਬਦਰਾ ਜੱਟਾਂ ਤੋਂ ਕਰਾਉਣ ਦਾਦੀ ਸੀ ਨਾ। ਬਾਹਰਲੇ ਪਾਸੇ ਹੁੰਦੇ। ਹਾਂਜੀ ਹਾਂਜੀ, ਇੱਕ ਅਬਦੁਲ ਹੱਕ ਬੜਾ ਮਸ਼ਹੂਰ ਸੀਗਾ ਜੀ ਇੱਥੇ ਦੇ ਸਾਡੇ ਰੌਲ, ਉਹਦੇ ਬਾਰੇ ਦੱਸੋ। ਆਬਦਰਾ ਜਿਹੜਾ ਮਸ਼ਹੂਰ ਸੀਗਾ, ਅਬਦੁੱਲਾ ਕਰੋਲ ਦਾ ਜੀ ਬਹੁਤ ਮਸ਼ਹੂਰ ਬੰਦਾ ਸੀਗਾ, ਉਹ ਭਰਾ ਹਾਂਜੀ ਬਾਹਰ ਹਾਂਜੀ ਗਿਆ ਹਾਂਜੀ ਸੀਗੇ, ਹਾਂਜੀ 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 ਬੜਾ ਭਰਾ ਸੀਗਾ ਬਾਬੂ ਬਰਕਤ ਸਿੰਘ ਸੰਤ ਹਾਂਜੀ ਦੇ। ਹਾਂਜੀ, ਬਰਕਤ ਦੀ ਉਹਦਾ ਭਰਾ ਸੀ ਉਹ,
ਉਹਨੂੰ ਵੀ ਜਾਣਦੇ ਹੋ, ਚਾਹੇ ਬਜ਼ੁਰਗ ਜਾਣਦੇ ਆ ਜਾਂ ਸਾਡੇ ਨਾਲ ਪਾਕਿਸਤਾਨ। ਇੱਕ ਸੀਗਾ ਅਬਦੁਲ ਖਾਲਿਕ ਸਰਾ, ਹਾਂਜੀ ਉਹ ਚਾਰ ਭਰਾ ਸੀ, ਅੱਛਾ ਜੀ, ਅਬਦੁੱਲਾ ਕਿਚਲੇ ਨੇ ਖਾਲਸਾ ਦਾ ਲੀਡਰ ਸੀਗਾ, ਉਹ ਇਸ ਚੈਨ ਪਰ ਉਹਦੇ ਬਾਹਰ ਗਏ ਸੀ, ਹਾਂਜੀ ਹਾਂਜੀ ਬਹੁਤ ਅਮੀਰ ਪਾਰਟੀ ਸੀਗੀ, ਹਾਂਜੀ 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 ਅਬਦੁੱਲਾ ਦੇ ਦੋ ਸਾਥੀਆਂ ਸੀਗੀਆਂ, ਹਾਂਜੀ ਅਬਦੁੱਲਾ ਦੇ ਤਿੰਨ ਮੁੰਡੇ ਸੀਗੇ, ਅਬਦੁੱਲ ਹਾਂ ਕਰੀਮ, ਅਬਦੁੱਲ ਹਲੀਮ, ਤਾਂ ਅਬਦੁੱਲ ਰਹੀਮ ਉਹ ਸਾਡਾ ਛੋਟਾ, ਅਬਦੁੱਲ ਹਲੀਮ ਸਾਡਾ ਪੜ੍ਹਦਾ ਹੁੰਦਾ ਸੀ, ਅਬਦੁੱਲ ਅੱਛਾ ਰਹੀਮ ਤਾਂ ਅਬਦੁੱਲ ਕਰੀਮ ਵੱਡੇ ਸੀ ਸਾਡੇ, ਉਹ ਤਿੰਨ ਮੁੰਡੇ ਸੀ, ਤੇ ਹਾਂਜੀ ਕੁੜੀ ਦਾ ਉਹਦਾ ਪਤਾ ਨਹੀਂ ਕਿ ਕੁੜੀ ਹੋ ਕੇ ਨਹੀਂ, ਕਿ ਅਸੀਂ ਉਹਨਾਂ ਦੇ ਘਰ ਜਾ ਚਲ ਜਾਈਦਾ ਸੀ, ਹਾਂਜੀ ਹਾਂਜੀ ਉਹ ਕਿਹੜਾ ਪਰਹੇਜ਼ ਸੀ ਉਹਨਾਂ ਦਾ, ਕਿਹਦੇ ਕੁੜੀ ਨੇ ਉਹਨਾਂ ਕਹਿੰਦਾ ਜਾ ਬੜੀ ਸਾਰਾ ਕਰ ਲਓ, ਕਿਸੇ ਕੋਲ ਨਹੀਂ ਰਹਿ, ਹਾਂਜੀ ਫਿਰ ਜਦੋਂ ਜ਼ਿਮੀਦਾਰਾਂ ਮੈਂ ਕਰਨਾ ਪਿਆ, ਫਿਰ ਆਪਣੇ ਕੰਮ ਨਾਲ ਹੀ ਬਾ, ਫਿਰ ਆਪਣਾ ਟਾਈਮ ਹੀ ਨਾ ਕੱਢਣਾ ਕਿਸੇ, ਇਹ ਤਾਂ ਠੀਕ ਹੈ ਕਿਸੇ ਆਪਣੇ ਕੰਮ 'ਚ ਆਪਣੇ ਬਾਪ ਦਾ ਮਦਦ ਕਰਾਉਣ ਲੱਗ ਪਿਆ, ਹਾਂਜੀ ਜਾਂ ਬਸ ਫਿਰ ਆਪਣਾ ਜ਼ਿਮੀਦਾਰ ਦਾ ਕੰਮ ਕਰ ਕਰਦੇ ਰਹੇ, ਹੁਣ ਫਿਰ ਸਾਡੇ ਨਾਲ ਸਿਆਣੀ ਉਮਰ ਦਾ ਤਾਂ ਬੰਦਾ ਪਿੰਡ 'ਚ ਕੋਈ ਨਹੀਂ ਹੋਰ, ਮੇਰੇ ਤਾਂ ਜੇ ਨਾ ਹੋਏ ਉਹਨਾਂ ਨੂੰ ਪਤਾ ਹੈ ਕੋਈ ਨਹੀਂ, ਉਹ ਹੋਸ਼ ਹੀ ਨਹੀਂ, ਮੰਜੇ ਤੇ ਬਿਮਾਰ ਰਹਿੰਦੇ ਪਏ ਰਹਿੰਦੇ ਆ। ਕਿਹੜੇ ਇੱਕ ਬੰਦੇ ਇੱਕ ਫਕੀਰੀਆ ਹੁੰਦਾ ਸੀ, ਫਕੀਰੀਆ ਨੂੰ ਜਾਣਦੇ, ਫਕੀਰੀਆ ਸਾਡੀ ਬਰਾਦਰੀ ਦੇ, ਫਕੀਰੀਆ ਫਕੀਰੀਆ ਸਾਂਤਰਾ ਮੰਗੂ, ਫਕੀਰੀਆ ਫਕੀਰਾ ਸਾਹਿਬ, ਫਕੀਰੀਆ ਫਕੀਰ ਫਕੀਰ ਚੰਦ, ਮੰਗੂ ਰਾਮ ਤੇ ਸੰਤ ਰਾਮ। ਮੰਗੂ ਰਾਮ ਸਤਰਾਮ ਉਹਦਾ ਨਹੀਂ ਮਿਲ ਗਿਆ, ਜਾਂ ਬੇਲੀ ਜਿਹਦਾ ਪਤਾ ਉਹਦੇ, ਬੇਲੀ ਰਾਮ ਡਾਕਟਰ ਸੀ, ਦੁਕਾਨ ਸਕੂਲ ਦੇ ਉੱਲੇ ਪਾਸੇ ਸੀ ਉਹਦੀ, ਬੇਲੀ ਰਾਮ ਡਾਕਟਰ ਦੀ ਦੁਕਾਨ, ਬੇਲੀ ਪਤਾ ਰਾਮ, ਬੇਲੀ ਰਾਮ ਨੂੰ ਜਾਣਦੇ ਆ ਬੇਲੀ ਜੀ। ਰਾਮ ਡਾਕਟਰ ਦੀ ਦੁਕਾਨ ਸੀ, ਉਹਦਾ ਮੁੰਡਾ ਸਾਧੂ ਆ, ਉਹ ਵੀ ਮਰ ਗਿਆ ਜੀ, ਉਹਦੇ ਨਿਆਣੇ ਆ, ਸਕੂਲ ਦੇ ਉਹ ਵੀ, ਉਹ ਬੇਲੀ ਰਾਮ ਜਿਹੜਾ ਸਾਧੂ ਰਾਮ ਦਾ ਪੇ ਸੀ, ਇੱਕ ਬੇਲੀ ਜਿਹਦਾ ਸੀ ਬਾਹਮਣ ਸੀ ਸੀ, ਉਹਦਾ ਬੇਲੀ ਰਾਮ ਸੀ, ਉਹ ਉਹਨੂੰ ਡਾਕਟਰ ਸਾਹਿਬ ਦਾ ਬੇਲੀ ਬੇਲੀ ਰਾਮ ਬਾਹਮਣ, ਡਾਕਟਰ ਦੀ ਦੁਕਾਨ, ਹੈ ਨੀ। ਮੈਂ ਕਿਹਾ ਜਦੋਂ ਅਸੀਂ ਪੜ੍ਹਦੇ ਸੀ ਬੇਲੀ ਰਾਮ ਡਾਕਟਰ ਦੇ ਸਕੂਲ ਦੁਕਾਨ ਤੇ ਕੋਈ ਸਕੂਲ ਨੂੰ ਜਾਈਦਾ ਸੀ, ਡਾਕਟਰ ਹਾਂਜੀ ਬੇਲੀ ਹਾਂਜੀ ਰਾਮ, ਹਾਂਜੀ ਹਾਂਜੀ, ਉਹ ਆਹੋ ਉਹ ਵੀ ਉਹ ਹੈ ਹੀ ਨਹੀਂ, ਆਹੋ ਉਹ ਵੇਚ ਗਿਆ ਇੱਥੋਂ ਸਭ ਕੁਝ, ਉਹ ਪਤਾ ਅੱਛਾ ਨਹੀਂ ਇੱਕ ਕਿਹਦਾ ਸੀਗਾ ਰਹਿੰਦੇ। ਚੇਲਾ ਹੁੰਦਾ ਨਾ ਡਾਕਟਰ ਬਦਰੀ ਦਾਸ, ਬੜਾ ਉਚਾਉਂਦਾ ਹਾਂਜੀ ਕਹਿੰਦਾ ਹਾਂਜੀ ਸੀ ਹਾਂਜੀ, ਬਦਰੀ ਰਾਮ, ਡਾਕਟਰ ਬਦਰੀ ਦਾਸ, ਹਾਂਜੀ ਪੀਤੂ ਬਾਹਮਣ, ਉਹ ਸਕੂਲੋਂ ਅੰਗਰੇਜ਼ੀ ਦੀ ਅਖਵਾੜਿਆ ਨਾਮ ਹੁੰਦਾ ਸੀ, ਹਾਂਜੀ ਹਾਂਜੀ ਅੰਗਰੇਜ਼ੀ ਦੀ ਅਖਵਾੜਿਆ ਨਾਮ ਹੁੰਦਾ ਸੀ, ਹਾਂਜੀ ਹਾਂਜੀ ਡਾਕਟਰ ਬਦਰੀ ਬੜਾ ਜਵਾਨ ਹੁੰਦਾ ਸੀ, ਹਾਂਜੀ ਹਾਂਜੀ ਉਹ ਤਾਂ ਬੜੇ ਦੇਰ ਦੇ ਮਰ ਗਏ ਵਿਚਾਰੇ, ਕਿ ਬਹੁਤ ਹਾਂ, ਚੇਰ ਬਹੁਤ ਦੀ ਮੈਂ ਗੱਲ ਹੈ, ਤੈਨੂੰ ਉਹੀ ਦੱਸ ਰਿਹਾ, ਉਹ ਮਰ ਗਿਆ ਬਹੁਤ ਚਿਰ ਦੇ। ਤੁਸੀਂ ਬਲਾਵਾਰਾ ਮਾਸਟਰ ਦੇਖਿਆ, ਹਾਂਜੀ ਹਾਂਜੀ, ਮੈਂ ਤਾਂ ਉਹਦੇ ਕੋਲ ਪੜ੍ਹਿਆ ਜੀ, ਦੂਸਰੀ ਤੀਸਰੀ, ਤੀਸਰੀ ਜਦੋਂ ਹੋਇਆ ਫਿਰ ਪਾਕਿਸਤਾਨ ਬਣ ਗਿਆ ਸੀ, ਉਹ ਫਿਰ ਪਹਿਲਾਂ ਉਹ ਛੱਡ ਤਾਂ ਗਿਆ ਹੈੱਡ ਸੀ। ਮਾਸਟਰ ਹੁੰਦਾ ਸੀਗਾ, ਹਾਂਜੀ ਹਾਂਜੀ ਉਹ ਤਾਂ ਹੈੱਡ ਮਾਸਟਰ ਹੁੰਦਾ ਸੀਗਾ ਉੱਥੇ, ਛੋਟਾ ਮਾਸਟਰ ਤਾਂ ਫੇਰ ਨਾ ਇੱਕ ਸਾਧੂ ਕਿਸਾਨ ਆ ਗਿਆ ਸੀ ਖਿਡੌਣੇ ਦਾ, ਇੱਕ ਸਾਧ ਕਿਸਾਨ, ਹਾਂਜੀ, ਇੱਕ ਖਿਡੌਣੇ ਅਮਰੀਕਾ ਦਾ ਸੀਗਾ, ਉਹ ਵੀ ਸਾਨੂੰ ਪੜ੍ਹਾਉਂਦਾ ਹੁੰਦਾ ਸੀ, ਇੱਕ ਪਟਾਣੇ ਦਾ ਹੁੰਦਾ ਸੀ, ਉਹ ਵੀ ਸਾਨੂੰ ਪੜ੍ਹਾਉਂਦਾ ਸੀ। ਮਾਸਟਰ ਆ ਜਿਹੜਾ ਮਲਾਵਾ ਰਾਮ ਸੀਗਾ ਨਾ, ਉਹ ਹਾਂਜੀ ਤਾਂ ਚੋਸੀ ਨੂੰ ਪੜ੍ਹਾਉਂਦਾ, ਹੈੱਡ ਮਾਸਟਰ ਸੀਗਾ ਉਹਦਾ, ਹਾਂਜੀ, ਮਲਾਵਾ ਰਾਮ ਚੌਥੀ, ਹਾਂਜੀ, ਬੜਾ ਮਸ਼ਹੂਰ, ਜਦੋਂ ਕਿਸੇ ਸਾਧ ਉਹ ਕਿਸਾਨ, ਕੋਈ ਅਫਸਰ ਆਵੇ ਜਾਵੇ ਨਾ, ਉਹ ਸਾਰੇ ਨੂੰ ਮਿਲ ਕੇ ਜਾ ਦਿੰਦੇ ਸੀ, ਹਾਂਜੀ ਹਾਂਜੀ, ਆਪਣੇ ਨਾ ਜਵਾਬ ਸਦਾ ਉਹਦੀ ਬਾਬਾ ਸੀ, ਮੈਂ ਪੜ੍ਹਨ ਸਾਰੇ ਮੁੰਡਿਆਂ ਚ ਹੁਸ਼ਿਆਰ ਸੀਗਾ, ਤੇ ਹਾਂਜੀ ਮੇਰੀ ਉਹ ਬਹੁਤ ਜੀਦ ਕਰਦਾ ਸੀ ਹਾਂਜੀ ਹਾਂਜੀ ਮਲਾਵਾ ਰਾਮ, ਹਾਂਜੀ ਸਰਦਾਰ ਸਾਹਿਬ ਬੜੀ ਹਾਂਜੀ, ਸਾਨੂੰ ਖੁਸ਼ੀ ਹੋਈ, ਅੱਛਾ ਤੁਸੀਂ ਜੀ, ਜਿਹੜਾ ਸਾਨੂੰ ਪਿੰਡੀਆਂ ਗੱਲਾਂ ਸੁਣਾਉਣੀਆਂ ਸਾਰੀਆਂ, ਹਾਂਜੀ ਬੰਦਿਆਂ ਦੀ ਬਾਗਫੀਜ਼ ਕੀਤੀ, ਹਾਂਜੀ ਹਾਂਜੀ, ਬੜਾ ਤੁਸੀਂ ਖਿਆਲ ਰੱਖਿਆ ਜਾਵੇ, ਬਾਦਸ਼ਾਹ ਹਟ ਗਿਆ ਤਾਂ ਅਸੀਂ ਆਹ ਤੁਹਾਡਾ ਗੱਲ ਕਰਾਵਾਂਗੇ, ਠੀਕ ਹੈ ਠੀਕ ਬਹੁਤ ਹੈ, ਬਹੁਤ ਤੁਹਾਡਾ ਸ਼ੁਕਰੀਆ, ਕਿਸੇ ਗਾਇਬ ਚਲੋ ਗਾਇਬ ਫੋਨ ਕਰਦੇ ਰਿਹਾ ਕਰੋ ਸਾਨੂੰ, ਠੀਕ ਅੱਛਾ ਹੈ, ਜੀ, ਕਿਸੇ ਮੈਂ ਗਾਇਬ ਗਾਇਬ ਫੋਨ ਕਰਦੇ ਰਿਹਾ ਕਰੋ। ਠੀਕ ਹੈ ਜੀ।